ਹਾਜ਼ਰ ਹੈ ਜੱਜ ਦਾ ਵਿਚਾਰ ਪ੍ਰਾਈਮੇਰੀ ਸ਼ਰਟੀਵੀ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਸ਼ਤੀ ਤਰਸ਼ਨੀ ਪ੍ਰੋਗਰਾਮ ਚ ਜੱਜ ਦਾ ਵਿਚਾਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਸਰਪੰਚੀ ਦੀਆਂ ਵੋਟਾਂ ਪੈ ਹੀ ਗਈਆਂ ਪੈਣੀਆਂ ਵੀ ਸੀ ਕਿਉਂਕਿ ਜਦੋਂ ਵੋਟਾਂ ਪੈਣੀਆਂ ਸੀ ਇਸੇ ਕਰਕੇ ਤਿਆਰੀਆਂ ਚੱਲਦੀਆਂ ਸੀ ਚਾਂਦੀਆਂ ਕਈ ਘਰਾਂ ਦੇ ਵਿੱਚ ਲੱਗੀਆਂ ਪਈਆਂ ਸੀ ਜਿਹੜੀਆਂ ਕੱਲ ਨੂੰ ਲੱਥਣੀਆਂ ਜਾਂ ਅੱਜ ਲੱਥ ਜਾਣੀਆਂ ਜਾਂ ਲੱਗੀਆਂ ਹੋਣੀਆਂ ਵਿਆਹ ਵਰਗਾ ਮਾਹੌਲ ਬਣਿਆ ਪਿਆ ਸੀ ਪਕੌੜੇ ਨਿਕਲੀ ਜਾਂਦੇ ਸੀ ਤੇ ਪਕੌੜਿਆਂ ਤੋਂ ਬਾਅਦ ਜਲੂਸ ਲੋਕ दारू ਪੀ ਜਾਂਦੇ ਸੀ दारू ਪੀਣ ਤੋਂ ਬਾਅਦ ਖੂਨ ਤੇ ਵੋਟਾਂ ਸਾਨੂੰ ਪਾਇਓ ਸਾਨੂੰ ਪਾਇਓ ਸਾਨੂੰ ਪਾਇਓ ਸਾਨੂੰ ਪਾਇਓ ਤੇ ਸਾਨੂੰ ਹੀ ਪਾਇਓ ਇਸ ਗੱਲਾਂ ਖਿੱਚਾ ਧੂਆਂ ਵੀ ਚੱਲਦੀਆਂ ਸੀ ਪਰ ਚਲੋ ਸੁੱਖੀ ਸੰਦੀ ਕੰਮ ਨਿਬੜ ਗਿਆ ਉਦਾਂ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਘਟਨਾਵਾਂ ਵੀ ਵਾਪਰ ਰੀਆਂ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਵੀ ਸਰਪੰਚ ਚੁਣਿਆ ਗਿਆ ਉਹ ਸੋਹਣੇ ਤਰੀਕੇ ਨਾਲ 5 ਸਾਲ ਪਿੰਡ ਦੀ ਸੇਵਾ ਕਰੇ ਇਹ ਨਹੀਂ ਵੀ ਕੱਲਾ ਫੂਫਾਂ ਦੇ ਵਿੱਚ ਹੀ ਰਹਿ ਜੇ ਤੇ ਉਹ ਪਿੰਡ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਵੇ ਤੇ ਪਿੰਡ ਵਾਲੇ ਉਹਦਾ ਸਤਿਕਾਰ ਵੀ ਕਰਨ ਜਿਹੜਾ ਹਾਰ ਗਿਆ ਉਹਨੂੰ ਕੋਈ ਟਿੱਚਰ ਨਾ ਕਰੇ ਜਿਹੜਾ ਜਿੱਤ ਗਿਆ ਉਹ ਲੋਟੜੀਆਂ ਘਟ ਲਾਵੇ ਖੁਸ਼ੀ ਦੇ ਵਿੱਚ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਪਿਆਰ ਦੇ ਨਾਲ ਰਹੋ ਮੁਹੱਬਤ ਨਾਲ ਰਹੋ ਸਤਿਕਾਰ ਨਾਲ ਰਹੋ ਪਿੰਡਾਂ ਦਾ ਏਕਾ ਬਰਕਰਾਰ ਰਹਿਣਾ ਚਾਹੀਦਾ ਕਿਸੇ ਨੇ ਮਗਰ ਨਹੀਂ ਆਉਣਾ ਤੁਸੀਂ ਜਿਹੜੀ ਮਰਜ਼ੀ ਪਾਰਟੀ ਵਾਲੇ ਹੋ ਕੋਈ ਨਹੀਂ ਮਗਰ ਖੜਦਾ ਉਹਨਾਂ ਨੇ ਤੁਹਾਨੂੰ ਵਰਤਿਆ ਤੁਸੀਂ ਹੁਣ ਵਰਤੇ ਨਾ ਜਾਇਓ ਇਸ ਗੱਲ ਦੀ ਬੇਨਤੀ ਕਰਦੇ ਆ ਪਹਿਲਾਂ ਹਰਮਨ ਜੀ ਦਾ ਸਵਾਗਤ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਟਣ ਟਣ ਤੇ ਟਾਣਾ ਸਾਹਿਬ ਮੌਸਮ ਦੀ ਹਾਲ ਬਿਆਨਨੀ ਵੀ ਕਰ ਦਿਓ ਮੌਸਮ ਠੀਕ ਆ ਪੰਜਾਬ ਦਾ ਅੱਜ ਥੋੜੀ ਜਿਹੀ ਗਰਮੀ ਹੈ ਪਰ ਪੰਜਾਬ ਦੇ ਵਿੱਚ ਰਾਤਾਂ ਨੂੰ ਤਾਂ ਬਈ ਮੈਂ ਸੋਚਦਾ ਵੀ ਕਮਾਲਾ ਹੋਈਆਂ ਪਈਆਂ ਹੁਣ ਤਾਂ ਭਾਈ ਪਤਲੀ ਜੀ ਖੇਸੀ ਲੈਣੀ ਪੈਂਦੀ ਉੱਤੇ ਤੇ ਪੱਖਾ ਘਟਾ ਕੇ ਇੱਕ ਨੰਬਰ ਤੇ ਉਹ ਵੀ ਸਿਰਫ ਤਾਂ ਲਾਉਣਾ ਪੈਂਦਾ ਵੀ ਮੱਛਰ ਕੱਢ ਦੇ ਵਿੱਚ ਕੋਈ ਗੱਲਬ ਉਹ ਭੂੰ ਕਰਦਾ ਹੁੰਦਾ ਕੁਛ ਨਾ ਕੁਛ ਕਹਿਣਾ ਚਾਹੁੰਦਾ ਮੈਂ ਤਾਂ ਕਦੇ ਸੁਣੀ ਨਹੀਂ ਇਹਦੀ ਮੈਂ ਚੋਪੜਾ ਦਾ ਨਾ ਉਹਦੀ ਜਿਹੜੀ ਕਿ ਆ ਜੀ ਅੱਛਾ ਜੀ ਪਰ ਤੁਸੀਂ ਮੱਛਰ ਤੋਂ ਬਚੇ ਰਹੋ ਡੇਂਗੂ ਪੰਜਾਬ ਦੇ ਵਿੱਚ ਲਗਾਤਾਰ ਵਧੀ ਜਾਂਦਾ ਪੱਖਾ ਭੋਰਾ ਵੱਧ ਚਲਾ ਲਿਆ ਕਰੋ ਮੱਛਰ ਭਜਾ ਲਿਆ ਕਰੋ ਉਹ ਲਾਲਿਆ ਕਰੋ ਉਹ ਕੋਇਲ ਕੁੰਡਲਾ ਜાળੀ ਉਹ ਲਾਲਿਆ ਕਰੋ ਧੂਆਂ ਜਿਹਾ ਕਰ ਲਿਆ ਕਰੋ ਜਾਂ ਫਿਰ ਮਛਰ ਭਜਾਉਣ ਦਾ ਕੋਈ ਤਰੀਕਾ ਅਪਣਾ ਲਓ ਬਿਲਕੁਲ ਸਹੀ ਹੈ ਪਰ ਮਛਰਾਂ ਤੋਂ ਬਚਾਅ ਜ਼ਰੂਰੀ ਹੈ ਬਟਾਣਾ ਸਾਹਿਬ ਮੈਂ ਪੜ ਕੇ ਆਈਆਂ ਕਹਿੰਦੇ ਕਿ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਇੱਕ ਦਮ ਹੀ ਮੌਸਮ ਬਹੁਤ ਜ਼ਿਆਦਾ ਬਦਲ ਜਾਣਾ ਹੈ ਬਹੁਤ ਖੂਬ ਬਹੁਤ ਜ਼ਿਆਦਾ ਤਾਪਮਾਨ ਦੇ ਵਿੱਚ ਗਿਰਾਵਟ ਆ ਜਾਣੀ ਹੈ ਦੀਵਾਲੀ ਲੰਘ ਲੈਣ ਦਿਓ ਬਹੁਤ ਕਮਾਲ ਤੇ ਵੇਖਦੇ ਹਾਂ ਕਿ ਤਬਦੀਲੀ ਹੁੰਦੀ ਹੈ ਤੇ ਕੀ ਨਹੀਂ ਤੇ ਬਾਕੀ ਚਾਹੀਦਾ ਵਿਚਾਰ ਸਾਂਝਾ ਕਰਦੇ ਲੋ ਜੀ ਗਵਰਨਰ ਨਾਲ ਸੁਣਿਓ ਅੱਜ ਦਾ ਚੱਜ ਦਾ ਵਿਚਾਰ ਹਰ ਇੱਕ ਦੇ ਉੱਤੇ ਟੁੱਕਦਾ ਹਰ ਇੱਕ ਨਾ ਕਹ ਕੇ ਚਲੋ ਬਹੁ ਗਣਤੀ ਦੇ ਉੱਤੇ ਦਾ ਟੁੱਕਦਾ ਹੀ ਹੈ ਕਿ ਸੱਚ ਅੱਜ ਦੇ ਸਮੇ ਇਹ ਅਮੀਰ ਬੰਦਾ ਖੁਦ ਨੂੰ ਗਰੀਬ ਦਿਖਾਉਣ ਦੇ ਲਈ ਮਿਹਨਤ ਕਰ ਰਿਹਾ ਵੀ ਕੋਈ ਮੈਥੋਂ ਪੈਸੇ ਲਾ ਮੰਗ ਲਵੇ ਤੇ ਗਰੀਬ ਬੰਦਾ ਖੁਦ ਨੂੰ ਅਮੀਰ ਦਰਸਾਉਣ ਲਈ ਮਿਹਨਤ ਕਰ ਰਿਹਾ ਕਿ ਮੈਂ ਕਿਹੜਾ ਕਿਸੇ ਨਾਲੋਂ ਘਾਟਾ ਤੇ ਸੱਚ ਦੇ ਨੇੜੇ ਹਕੀਕਤ ਦੇ ਨੇੜੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਕਿੰਨੇ ਵੱਡੇ ਵੱਡੇ ਅਮੀਰ ਲੋਕ ਆ ਜਿਹੜੇ ਇਹ ਗੱਲ ਕਹਿਣਗੇ ਘਾਟਾ ਪੈ ਗਿਆ ਚੱਲਦਾ ਹੀ ਨਹੀਂ ਲੁੱਟੇ ਗਏ ਰਗੜ ਤੇ ਮਹਿੰਗਾਈ ਨੇ ਉਹ ਇਹ ਗੱਲ ਤਾਂ ਕਹਿੰਦੇ ਆ ਵੀ ਕੋਈ ਇਹ ਨਾ ਗੱਲ ਕਹਦੇ ਵੀ 50000 ਰੁਪਏ ਦੇ ਦੇ ਲੱਖ ਰੁਪਏ ਦੀ ਲੋੜ ਸੀ ਕੋਈ ਪੈਸੇ ਨਾ ਮੰਗਲੇ ਤੇ ਜਿਹੜਾ ਸਾਡੇ ਵਰਗਾ ਹੁੰਦਾ ਉਹ ਐਵੇਂ ਕਿਸੇ ਦੀ ਗੱਡੀ ਮੂਰੇ ਖੜਕੇ ਖੜੀ ਜਾਊਗਾ ਮਹਾਰਾਜ ਨੇ ਮੇਰ ਕਰਤੀ ਫੋਟੋ ਖਿੱਚ ਕੇ ਪਾਤੀਓ ਨੇ ਸਹੀ ਮਤਲਬ ਇਹ ਹੈ ਜੀ ਕਿ ਕੋਈ ਵੀ ਸੱਚ ਦੇ ਨੇੜੇ ਤੜੇ ਨਹੀਂ ਜਦ ਕਿ ਸੱਚ ਦੇ ਨੇੜੇ ਰਹਿਣਾ ਚਾਹੀਦਾ ਤੁਸੀਂ ਜਿਹੋ ਜੇ ਹੋ ਜਿਵੇਂ ਹੋ ਕਿਸੇ ਨੂੰ ਚੰਗੇ ਲੱਗੋ ਨਾ ਲੱਗੋ ਪਰ ਆਪਣੇ ਆਪ ਨੂੰ ਜਵਾਬ ਦੇਆ ਕਰੋ ਬਸ ਇਨਸਾਨ ਦੀਆਂ ਪਰਿਸਥਤੀਆਂ ਜਿਹੋ ਜੀਆਂ ਮਰਜ਼ੀ ਹੋਣ ਤਾਣਾ ਸਾਹਿਬ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਚਾਹੇ ਕਹ ਲਓ ਵੀ ਪੈਸਿਆਂ ਪੱਖੋਂ ਗਰੀਬ ਹੁੰਦੇ ਨੇ ਪਰ ਉਹ ਦਿਲ ਪੱਖੋਂ ਇੰਨੇ ਅਮੀਰ ਹੁੰਦੇ ਨੇ ਕਿ ਹਰ ਕਿਸੇ ਨੂੰ ਖਿੜੇ ਮੱਥੇ ਪਰਵਾਣ ਕਰ ਦਿੰਦੇ ਨੇ ਜੀਆਂ ਨੂੰ ਕਹਿੰਦੇ ਨੇ ਹਰ ਕਿਸੇ ਨੂੰ ਪਿਆਰ ਦਿੰਦੇ ਨੇ ਪਰ ਕੁਝ ਕੁ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਸਾਰੇ ਸਾਧਨ ਹੁੰਦੇ ਨੇ ਸਾਰੇ ਸਾਧਨ ਸੰਪੰਨ ਹੁੰਦੇ ਨੇ ਸਾਰਾ ਪੈਸਾ ਹੁੰਦਾ ਉਹਨਾਂ ਕੋਲ ਪਰ ਦਿਲ ਦੀ ਤੰਗੀ ਹੁੰਦੀ ਹੈ ਗਰੀਬੀ ਦਿਲੋਂ ਹੁੰਦੀ ਹੈ ਗਰੀਬੀ ਦਿਲੋਂ ਹੁੰਦੀ ਹੈ ਉਹ ਕਿਸੇ ਨੂੰ ਵੇਖ ਕੇ ਵੀ ਖੁਸ਼ ਨਹੀਂ ਹੁੰਦੇ ਸੋ ਇਹ ਜਿਹੜੇ ਅਮੀਰ ਗਰੀਬ ਆ ਇਹਨਾਂ ਨੂੰ ਅਸਲ ਦੇ ਵਿੱਚ ਪਛਾਣਨ ਦੀ ਲੋੜ ਹੁੰਦੀ ਹੈ ਆਪਣੇ ਵਾਲਾ ਹਣਦੇ ਆਪਣੇ ਵਾਲਾ ਧਿਆਨ ਨਾਲ ਸੁਣਿਓ ਟਾਣਾ ਸਾਹਿਬ ਕਹਿੰਦੇ ਕਿ ਹਰ ਇੱਕ ਸਮੱਸਿਆ ਦੇ ਹਰ ਇੱਕ ਮਸਲੇ ਦੇ ਤਿੰਨ ਹੱਲ ਹੁੰਦੇ ਨੇ ਪਹਿਲਾ ਜਿਹੜਾ ਹੱਲ ਹੈ ਟਾਣਾ ਸਾਹਿਬ ਉਹ ਹੈ ਸਵੀਕਾਰ ਕਰੋ ਕਿ ਜਿਹੜਾ ਮਸਲਾ ਹੈ ਉਹਨੂੰ ਸਵੀਕਾਰ ਕਰੋ ਵੀ ਹਾਂ ਇਹ ਚੀਜ਼ ਹੈ ਦੂਸਰਾ ਉਹਦਾ ਹੱਲ ਹੈ ਵੀ ਉਹਦਾ ਹੱਲ ਕੱਢੋ ਜੇਕਰ ਤੁਸੀਂ ਕੱਢ ਸਕਦੇ ਹੋ ਤਾਂ ਤੇ ਤੀਸਰਾ ਵੀ ਉਹਨੂੰ ਛੱਡ ਦਿਓ ਜੇਕਰ ਤੁਹਾਡਾ ਕੋਈ ਹੱਲ ਤੁਸੀਂ ਨਹੀਂ ਕੱਢ ਸਕਦੇ ਜੇਕਰ ਤੁਹਾਨੂੰ ਲੱਗਦਾ ਵੀ ਇਹ ਮਸਲਾ ਮੇਰੇ ਹੱਥੋਂ ਬਾਹਰ ਹੈ ਤਾਂ ਉਹਨੂੰ ਸਮੇਂ ਤੇ ਉਹਨੂੰ ਹਾਲਾਤਾਂ ਦੇ ਉੱਪਰ ਛੱਡ ਦਿਓ ਆਪਣੇ ਆਪ ਸਮਾਉ ਦਾ ਹੱਲ ਕਰ ਦਊਗਾ ਜਾਂ ਤਾਂ ਮਸਲੇ ਦਾ ਆਪਣੀ ਸੂਝਵਾਨ ਸੋਚ ਦੇ ਨਾਲ ਹੱਲ ਕੱਢ ਲਓ ਤੁਸੀਂ ਬੜੇ ਇਨੇ ਸਿਆਣੇ ਹੋਵੋ ਮਸਲੇ ਨੂੰ ਹੱਲ ਕਰਨ ਦੀ ਯੋਗਤ ਜਾਣਦੇ ਹੋਵੋ ਤੇ ਮਸਲਾ ਹੱਲ ਕਰ ਲਓ ਮਸਲਾ ਹੱਲ ਨਾ ਹੋਵੇ ਤੇ ਮਸਲਾ ਮਸਲਾ ਹੀ ਹੋਵੇ ਤੇ ਆਪਾਂ ਮਸਲੇ 'ਚ ਪਿਸੀ ਜਾਂਦੇ ਹੋਏ ਤੇ ਲੋੜ ਕੀ ਆ ਜ਼ਿੰਦਗੀ 'ਚ ਹੋਰ ਕੰਮ ਹੈ ਨਹੀਂ ਐ ਹੋ ਗਿਆ ਸੀ ਕੀ ਕਰਗੇ ਐ ਹੋ ਗਿਆ ਸੀ ਮਾਰਾ ਹੀ ਨੇ ਮਾਰੀ ਕੀਤੀ ਉਹਨੇ ਮਾਰੀ ਕੀਤੀ ਐਨੇ ਮਾਰੀ ਕੀਤੀ ਜਾਂ ਹੱਲ ਕੱਢ ਲਓ ਤੇ ਜਾਂ ਫਿਰ ਭੁੱਲ ਜਾਓ ਬਿਲਕੁਲ ਸਹੀ ਕੱਲ ਸਿਰਫ ਇੰਨੀ ਹੈ ਜੀ ਇੱਕ ਹੋਰ ਸੁਣਾਵਾ ਟੇਣਾ ਸਾਹਿਬ ਆਉਣ ਦਿਓ ਕਹਿੰਦੇ ਸਭ ਤੋਂ ਔਖਾ ਬਲੱਖੀ ਹੁੰਦਾ ਸਭ ਤੋਂ ਔਖਾ ਹੁੰਦਾ ਵੀ ਸੋਣਾ ਨਹੀਂ ਨਹੀਂ ਬਿਨਾ ਗੱਲਾਂ ਸੋਣਾ ਦੁਪਹਿਰੇ ਵੀ ਸੌ ਜਾਣਾ ਸਭ ਤੋਂ ਔਖਾ ਕੰਮ ਇਹ ਆ ਨਹੀਂ ਟੇਣਾ ਸਾਹਿਬ ਮੈਂ ਇਹਨੂੰ ਔਖਾ ਨਹੀਂ ਮੰਨਦੀ ਤੁਹਾਡੇ ਲਈ ਤਾਂ ਸੌਖਾ ਹੀ ਆ ਹਰ ਕਿਸੇ ਲਈ ਸੌਖਾ ਹੋ ਗਾਲ ਬੱਕਰੀ ਤੁਹਾਡੇ ਲਈ ਨਾ ਹੋਵੇ ਪਰ ਸਭ ਤੋਂ ਔਖਾ ਹੁੰਦਾ ਆਪਣੀ ਗੱਲ ਨੂੰ ਕਹਿਣਾ ਸਭ ਤੋਂ ਔਖਾ ਹੁੰਦਾ ਆਪਣੀ ਗੱਲ ਨੂੰ ਕਹਿਣਾ ਪਰ ਉਸ ਤੋਂ ਵੀ ਔਖਾ ਹੁੰਦਾ ਕਿਸੇ ਗੱਲ ਨੂੰ ਸੁਣਨਾ ਅੱਛਾ ਉਹਦੇ ਤੋਂ ਔਖਾ ਹੁੰਦਾ ਸੁਣਨਾ ਪਰ ਸਭ ਤੋਂ ਔਖਾ ਹੁੰਦਾ ਕਿਸੇ ਗੱਲ ਨੂੰ ਸਹਿਣਾ ਅੱਛਾ ਜੀ ਬਠਿੰਡੇ ਵੱਲ ਮਹਿਣਾ ਅੱਛਾ ਸੰਗਰੂਰ ਵੱਲ ਸ਼ਹਿਣਾ ਹਾਂ ਫਰੀਦਕੋਟ ਚ ਟਹਿਣਾ ਹਾਂ ਤੇ ਐਨ ਐਸ ਵਰਨ ਸਿੰਘ ਟਹਿਣਾ ਹਾਂ ਵਾਹ ਵਾਹ ਕੀ ਤਕਬੰਦੀ ਕੀਤੀ ਹੈ ਵਾਹ ਪਰ ਹੈ ਨਾ ਸਭ ਤੋਂ ਔਖਾ ਸਹਿਣਾ ਹਾਂ ਇਹ ਤਾਂ ਹੈ ਅਜ਼ਰਾ ਜੰਝਦਾ ਵੀਚਾਰ ਹਰਮਨਜੀਤ ਵਰਸਾ ਸਿੰਘ ਮਲਟੋਹਾ ਦੇ ਬਾਰੇ ਬਹੁਤ ਵੱਡੀ ਖਬਰ ਆ ਗਈ ਹੈ ਜੀ ਕਹਿੰਦੇ ਵੀ ਜਥੇਦਾਰ ਸਹਿਬਾਨ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੂੰ 10 ਸਾਲ ਦੇ ਲਈ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਵਰਸਾ ਸਿੰਘ ਮਲਟੋਹਾ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਭਾਜਪਾ ਤੇ ਆਰਐਸ ਸਵਰਗੀਆਂ ਸੰਸਥਾਵਾਂ ਜਾਂ ਪਾਰਟੀਆਂ ਉਹ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਉੱਤੇ ਸੰਸਥਾਵਾਂ ਦੇ ਉੱਤੇ ਸਾਨੂੰ ਲੱਗਦਾ ਜੀ ਕਿ ਉਹਨਾਂ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਜਥੇਦਾਰ ਸਾਹਿਬਾ ਜਿਹੜੇ ਉਹ ਕੋਈ ਫੈਸਲਾ ਨਹੀਂ ਸੁਣਾ ਰਹੇ ਸ਼ਾਇਦ ਕਿਸੇ ਦਬਾਅ ਦੇ ਤਹਿਤ ਹੋਵੇ ਕਿਉਂਕਿ ਉਹਨਾਂ ਨੇ ਇਦਾਂ ਦੀ ਗੱਲ ਕਹੀ ਸੀ ਬਾਅਦ ਦੇ ਵਿੱਚ ਲੈਟਰ ਪੈਡ ਦੇ ਉੱਤੇ ਬੁਲਾਇਆ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਬੁਲਾਇਆ ਗਿਆ ਵਿਰਸਾ ਸਿੰਘ ਵਲਟੋਹਾ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੁਹਾਡੇ ਕੋਲੇ ਕੋਈ ਸਬੂਤ ਹੈ ਕਿ ਭਾਜਪਾ ਜਾਂ ਆਰਐਸਐਸ ਦੇ ਵੱਲੋਂ ਸਾਡੇ ਉੱਤੇ ਕੋਈ ਦਬਾਅ ਬਣਾਇਆ ਗਿਆ ਤਾਂ ਉਹ ਸਬੂਤ ਲੈ ਕੇ ਆਓ ਤੇ ਬਿਰਸਾ ਸਿੰਘ ਬਲਟੋਹਾ ਹੋਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚੇ ਉਹ ਪੇਸ਼ ਹੋਏ ਪਰ ਸਬੂਤ ਕਹਿੰਦੇ ਪੇਸ਼ ਨਹੀਂ ਕਰ ਸਕੇ ਜਿਹਦੇ ਕਰਕੇ ਬਿਰਸਾ ਸਿੰਘ ਬਲਟੋਹਾ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕਹਿ ਦਿੱਤਾ ਗਿਆ ਜੀ ਪਰ ਇਹ ਜਿਹੜਾ ਵੇਲਾ ਟਾਣਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਜ਼ਿਆਦਾ ਇਸ ਵੇਲੇ ਨਾ ਚਿੰਤਾ ਜਿਹੜੀ ਆ ਉਹ ਵਧੀ ਪਈ ਹੈ ਕਿਉਂਕਿ ਇੱਕ ਤਾਂ ਅੱਗੇ ਆਪਾਂ ਜਾਣਦੇ ਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਦੋਫਾੜ ਹੋਈ ਹੋਈ ਹੈ ਹਨਾ ਤੇ ਦੂਸਰੇ ਬੰਨੇ ਜਿਹੜੇ ਕਹਿ ਲਓ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਕ ਦੇ ਵਿੱਚ ਭੁਗਤਦੇ ਨੇ ਲਗਾਤਾਰ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਕਹਿ ਲਓ ਵੀ ਕਮੀ ਆਉਂਦੀ ਜਾ ਰਹੀ ਹੈ ਕਦੇ ਕਿਸੇ ਦੇ ਖਿਲਾਫ ਕੋਈ ਗੱਲ ਸਾਹਮਣੇ ਆ ਜਾਂਦੀ ਹੈ ਕਦੇ ਕੋਈ ਕੋਈ ਗੱਲ ਕਰ ਦਿੰਦਾ ਤੇ ਇਹ ਸਭ ਕੁਝ ਦੇ ਦਰਮਿਆਨ ਵਿਰਸਾ ਸਿੰਘ ਵਲਟੋਹਾ ਹੋਰਾਂ ਦੇ ਬਾਰੇ ਚ ਜਿਹੜਾ ਫੈਸਲਾ ਹੈ ਇਹ ਅਕਾਲੀ ਦਲ ਨੂੰ ਬਹੁਤ ਵੱਡੀ ਸੋਚ ਦੇ ਵਿੱਚ ਪਾ ਦਊਗਾ। ਬਿਲਕੁਲ ਜੀ ਇਹ ਇੱਕ ਬਹੁਤ ਵੱਡੀ ਸੱਟ ਵੱਜੀ ਆ। ਕਿਉਂਕਿ ਇਹ ਗੱਲ ਲਗਾਤਾਰ ਕਈ ਜਾ ਰਹੀ ਸੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਕਿ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ। ਜੀ ਪੰਥ ਦੇ ਵਿੱਚੋਂ ਤਾਂ ਨਹੀਂ ਪਰ ਪਾਰਟੀ ਦੇ ਵਿੱਚੋਂ ਕੱਢਣ ਦਾ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ। ਹੁਣ ਅਕਾਲੀ ਦਲ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੰਦਾ? ਕੀ ਇਸ ਮਸਲੇ ਦੇ ਵਿੱਚ ਨਵੀਂ ਜਾਣਕਾਰੀ ਆਉਂਦੀ ਆ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਬਲਟੋਹਾ ਸਾਹਿਬਾ ਜਿਹੜੇ ਉਹ ਵੱਖ-ਵੱਖ ਗੱਲਾਂ ਦੇ ਕਰਕੇ ਕਈ ਵਾਰ ਚਰਚਾ ਦੇ ਵਿੱਚ ਤੇ ਕਈ ਵਾਰ ਵਿਵਾਦਾਂ ਦੇ ਵਿੱਚ ਰਹੇ ਆ। ਆ ਜਦੋਂ ਇਹਨਾਂ ਨੇ ਹੁਣੇ-ਹੁਣੇ ਚੋਣ ਲੜੀ ਸੀ ਲੋਕ ਸਭਾ ਦੀ ਉਦੋਂ ਵੀ ਇਹਨਾਂ ਦੇ ਕਈ ਬਿਆਨਾਂ ਦੇ ਉੱਤੇ ਬੜੀ ਸੋਸ਼ਲ ਮੀਡੀਆ ਤੇ ਤਿੱਖੀ ਟਿੱਪਣੀ ਹਰ ਕਿਸੇ ਨੇ ਕੀਤੀ। ਪਰ ਫਿਰ ਇਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਮੈਦਾਨ ਦੇ ਵਿੱਚ ਰਹਿਣੇ ਰਹਿਣਾ। ਪਰ ਜਿੱਤੇ ਅਮਰਤਪਾਲ ਸਿੰਘ ਹੋਰੀ ਤੇ ਵਿਰਸਾ ਸਿੰਘ ਬਲਟੋਹਾ ਹੋਰੀ ਕੁਝ ਕੁ ਗੱਲਾਂ ਐਸੀਆਂ ਸਮੇਂ ਨਾਲ ਜੋੜ ਜਾਂਦੇ ਆ। ਬੀ ਜਿਹਦੇ ਕਰਕੇ ਵਿਵਾਦ ਪੈਦਾ ਹੁੰਦਾ ਸੋ ਅਕਾੜੀ ਦਲ ਦੇ ਮੂਰੇ ਇੱਕ ਹੋਰ ਵੱਡੀ ਚੁਣੌਤੀ ਹੈ ਜਥੇਦਾਰ ਸਹਿਬਾਨ ਦੇ ਵੱਲੋਂ ਹਾਲੇ ਤੱਕ ਸਪਸ਼ਟੀਕਰਨ ਦੇਣ ਵਾਲੇ ਸਾਬਕਾ ਅਕਾਲੀ ਆਗੂਆਂ ਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਜੀ ਸੋ ਖਬੀਰ ਸਿੰਘ ਬਾਦਲ ਦੇ ਬਾਰੇ ਕੋਈ ਮਹੱਤਵਪੂਰਨ ਫੈਸਲਾ ਨਹੀਂ ਕੀਤਾ ਗਿਆ ਤੇ ਉਤੋਂ ਇਹ ਖਬਰ ਆ ਗਈ ਆ ਝਟਕਾ ਪਾਰਟੀ ਨੂੰ ਖਾਸਾ ਲੱਗ ਰਿਹਾ ਜਾਂ ਲੱਗ ਸਕਦਾ ਪਰ ਹਰ ਇੱਕ ਇਨਸਾਨ ਤੋਂ ਹਰ ਇੱਕ ਮੌਕੇ ਤੋਂ ਜ਼ਰੂਰ ਮੈਨੂੰ ਲੱਗਦਾ ਵੀ ਹਰ ਕਿਸੇ ਨੂੰ ਸਿੱਖਣਾ ਚਾਹੀਦਾ ਹੈ ਵੀ ਅਸੀਂ ਅਕਸਰ ਬਿਨਾਂ ਕੁਝ ਸੋਚੇ ਸਮਝੇ ਕੁਝ ਵੀ ਕਹਿ ਜਾਂਦੇ ਹਾਂ ਜੇਕਰ ਕਿਸੇ ਦੇ ਕੋਲ ਕੋਈ ਵੀ ਤੱਥ ਹੋਣ ਕੋਈ ਵੀ ਸਬੂਤ ਹੋਣ ਤਾਂ ਜ਼ਰੂਰ ਕਿਸੇ ਦੇ ਬਾਬਤ ਕੋਈ ਵੀ ਗੱਲ ਕਰੋ ਇਹ ਨਹੀਂ ਵੀ ਇਹ ਮੈਂ ਕੱਲੀ ਇਸ ਮਸਲੇ ਦੇ ਬਾਰੇ ਚ ਗੱਲ ਕਰ ਰਹੀ ਆ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਧਾਰੀਏ ਵੀ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਕੋਈ ਤੱਥ ਹੈ ਤਾਂ ਜ਼ਰੂਰ ਕੋਈ ਗੱਲ ਕਰੋ ਪਰ ਜੇਕਰ ਕੋਈ ਤੱਥ ਨਹੀਂ ਸਬੂਤ ਨਹੀਂ ਤਾਂ ਅਸੀਂ ਐਵੇਂ ਕੋਈ ਗੱਲ ਨਾ ਕਹਿ ਦਿਆ ਕਰੀਏ ਕਿਉਂਕਿ ਕਈ ਵਾਰ ਐਵੇਂ ਕਹੀ ਹੋਈ ਗੱਲ ਜਿਹੜੀ ਹੈ ਉਹਦੇ ਦੂਰ ਰਸੇ ਨਤੀਜੇ ਮਾੜੇ ਹੁੰਦੇ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾ ਕੇ ਦਖੀਏ ਅਸੀਂ ਕਿਸੇ ਬਾਰੇ ਵੀ ਕਹਿ ਦਿੰਦੇ ਨੇ ਕਿ ਮੈਨੂੰ ਤਾਂ ਇਉਂ ਲੱਗਦਾ ਜੋ ਤੁਹਾਨੂੰ ਲੱਗਦਾ ਉਹ ਹੋਵੇ ਉਵੇਂ ਹੀ ਇਹ ਗੱਲ ਜ਼ਰੂਰੀ ਨਹੀਂ ਗੀ ਜ਼ਰੂਰੀ ਨਹੀਂ ਤੁਸੀਂ ਤਾਂ ਬੈਠੇ ਆਪਦਾ ਇੱਕ ਕਹਾਣੀ ਘਟ ਸਕਦੇ ਹੋ ਵੀ ਤੁਹਾਨੂੰ ਲੱਗ ਗਿਆ ਇਵੇਂ ਬਿਲਕੁਲ ਸਹੀ ਪਰ ਜ਼ਰੂਰੀ ਨਹੀਂ ਕਿ ਉਹ ਗੱਲ ਸੱਚੀ ਹੋਵੇ ਇਸ ਕਰਕੇ ਸੱਚ ਦੇ ਨੇੜੇ ਖੜਨਾ ਚਾਹੀਦਾ ਤੇ ਤੱਥਾਂ ਸਮੇਤ ਤੁਹਾਡੇ ਕੋਲੇ ਜਿਹੜੀ ਜਾਣਕਾਰੀ ਹੋਵੇ ਸਾਂਝੀ ਵੀ ਉਹੀ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਬਹੁਤੀ ਵਾਰ ਕੀ ਹੁੰਦਾ ਮੰਨ ਲਓ ਮੇਰੇ ਕੋਲੇ ਕੋਈ ਪੋਸਟ ਆ ਗਈ ਮੇਰੇ ਕੋਲੇ ਮੰਨ ਲਓ WhatsApp ਤੇ ਵੀਡੀਓ ਆ ਗਈ ਮੇਰੇ ਵਰਗਾ ਬੰਦਾ ਕੋਈ ਪੜਤਾਲ ਨਹੀਂ ਕਰਦਾ ਅੱਗੇ ਗਰੁੱਪਾਂ 'ਚ ਪਾਤੀ ਉਹ ਜਿਹੜੇ ਉੱਥੇ ਹੁੰਦੇ ਆ ਕਈ ਅਗਲੇ ਗਰੁੱਪਾਂ 'ਚ ਪਾ ਦਿੰਦੇ ਆ ਇਦਾਂ ਗਲਤ ਜਾਣਕਾਰੀਆਂ ਫੈਲ ਦਿੰਆਂ ਆਜੋ ਆਪਾਂ ਰੁਕੀਏ ਤੇ ਰੁਕੀਏ ਗਲਤ ਜਾਣਕਾਰੀ ਫਲਾਉਣ ਵਾਲੇ ਨੂੰ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨਜੀਤ ਕੈਨੇਡਾ ਜਾਣਾ ਕਹਿੰਦੇ ਹੋਰ ਔਖਾ ਹੋ ਜਾਣਾ ਜੀ ਕਿਉਂਕਿ ਦੋਵਾਂ ਦੇਸ਼ਾਂ ਦੇ ਕੈਨੇਡਾ ਤੇ ਭਾਰਤ ਦੇ ਜਿਹੜੇ ਸਬੰਧ ਆ ਉਹਨਾਂ ਵਿੱਚ ਹੋਰ ਕੁੜੱਤਣ ਆ ਗਈ ਆ ਕੈਨੇਡਾ ਇਹ ਗੱਲ ਕਹਿੰਦਾ ਕਿ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਭਾਰਤ ਦੀ ਭੂਮਿਕਾ ਭਾਰਤ ਨੂੰ ਸਭ ਪਤਾ ਭਾਰਤ ਨੇ ਇੰਉਂ ਕਰਵਾਇਆ ਭਾਰਤ ਇਹ ਗੱਲ ਕਹਿੰਦਾ ਕਿ ਕੈਨੇਡਾ ਦੇ ਵੱਲੋਂ ਬੇਲੋੜੇ ਦੋਸ਼ ਲਾਏ ਜਾ ਰਹੇ ਸਬੂਤ ਪੁਖਤਾ ਰਿਤ ਨਹੀਂ ਜਾ ਰਹੇ ਕੈਨੇਡਾ ਇਹ ਗੱਲ ਕਹਿੰਦਾ ਵੀ ਸਾਡੇ ਸਬੂਤਾਂ ਤੇ ਅਮਲ ਨਹੀਂ ਕੀਤਾ ਜਾ ਰਿਹਾ ਭਾਰਤ ਇਹ ਗੱਲ ਕਹਿੰਦਾ ਵੀ ਕੈਨੇਡਾ ਦੀ ਸਰਕਾਰ ਜਿਹੜੀ ਟਰੂਡੋ ਸਰਕਾਰ ਉਹ ਵੋਟਾਂ ਦੇ ਵਿੱਚ ਸਮਰਥਨ ਹਾਸਲ ਕਰਨ ਦੇ ਲਈ ਤੇ ਜਾਣ ਬੁੱਝ ਕੇ ਕਦੇ ਕੋਈ ਠੋਕਲਾ ਛੜ ਦਿੰਦੀ ਕਦੇ ਕੋਈ ਠੋਕਲਾ ਛੜ ਦਿੰਦੀ ਆ 6 ਡਿਪਲੋਮੈਟ ਭਾਰਤ ਨੇ ਕੈਨੇਡਾ ਦੇ ਵਾਪਸ ਭੇਜਤੇ ਆ 6 ਡਿਪਲੋਮੈਟ ਕੈਨੇਡਾ ਨੇ ਭਾਰਤ ਦੇ ਵਾਪਸ ਭੇਜਤੇ ਆ ਸੋ ਮਤਲਬ ਇਹ ਹੈ ਜੀ ਕਿ ਇਸ ਵੇਲੇ ਸਥਿਤੀ ਤਣਾਪੂਰਨ ਬਣ ਗਈ ਆ ਇੱਕ ਦੂਜੇ ਦੇ ਉੱਤੇ ਦੋਸ਼ਾਂ ਕਦੋਸ਼ਾਂ ਦੀ ਵਾਛੜ ਕੀਤੀ ਜਾ ਰਹੀ ਆ ਤੇ ਇਹਦਾ ਅਸਰ ਵੀਜ਼ਿਆਂ ਦੇ ਉੱਤੇ ਵੀ ਪਊਗਾ ਜੀ ਬਿਲਕੁਲ ਸਹੀ ਤੇ ਵੀਜ਼ਿਆਂ ਦੇ ਉੱਤੇ ਪਹਿਲਾਂ ਹੀ ਪਿਆ ਹੋਇਆ ਦੋਵਾਂ ਦੇਸ਼ਾਂ ਦਰਮਿਆਨ 2023 ਤੋਂ ਲੈ ਕੇ ਹੁਣ ਤੱਕ ਸਬੰਧਾਂ ਦੇ ਵਿੱਚ ਵਿਗਾੜ ਆਇਆ। ਉਹ ਵਿਗਾੜ ਆਇਆ ਜਿਹਦੇ ਕਰਕੇ ਵੀਜ਼ੇ ਰੁਕੇ ਵੀ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਬਦਲੀਆਂ ਵੀ ਤੇ ਇਹਦੇ ਵਿੱਚ ਮੈਨੂੰ ਲੱਗਦਾ ਜੀ ਕਿ ਹੁਣ ਹੋਰ ਵੀ ਵਿਗਾੜ ਆਊਗਾ। ਹੋਰ ਵੀ ਵੀਜ਼ਾ ਦੇ ਵਿੱਚ ਸਮੱਸਿਆ ਆਊਗੀ ਤੇ ਜਦੋਂ ਭਾਰਤ ਨੂੰ ਵੀਜ਼ਾ ਦੀ ਸਮੱਸਿਆ ਆਊਗੀ ਤੇ ਪੰਜਾਬੀਆਂ ਨੂੰ ਸੇਕ ਲੱਗੂਗਾ ਤੇ ਪੰਜਾਬੀਆਂ ਨੂੰ ਪਹਿਲਾਂ ਵੀ ਲੱਗਿਆ ਤੇ ਪੰਜਾਬੀ ਆ ਜਿਹੜੇ ਆਪਾਂ ਜਾਣਦੇ ਕਿ ਕੈਨੇਡਾ ਨੂੰ ਦੂਜਾ ਪੰਜਾਬ ਮੰਨਦੇ ਆ ਇਸ ਕਰਕੇ ਸਮੱਸਿਆ ਵੱਧੂਗੀ। ਟਾਣਾ ਸਾਹਿਬ ਇਹਦੇ ਨਾਲ ਚਿੰਤਾ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਇੱਕ ਤਾਂ ਅੱਗੇ ਸਮਾਂ ਬਹੁਤ ਜ਼ਿਆਦਾ ਲੱਗਦਾ ਪਿਆ ਵੀਜ਼ਾ ਲੈਣ ਦੇ ਲਈ ਪਰ ਹੁਣ ਜਦੋਂ 6 ਡਿਪਲੋਮੈਟ ਹੋਰ ਜਿਹੜੇ ਆ ਉਹ ਉਹਨਾਂ ਨੇ ਇੱਧਰ ਭੇਜਤੇ ਤੇ ਇਹਨਾਂ ਨੇ ਉੱਧਰ ਭੇਜਤੇ ਉਹਦੇ ਨਾਲ ਹੋਰ ਜ਼ਿਆਦਾ ਕੰਮ ਜਿਹੜਾ ਉਹ ਹੋਲੀ ਹੋ ਜਾਊਗਾ ਹਨਾ ਤੁਹਾਡੀ ਗੱਲ ਸਹੀ ਹੈ ਵੀ ਇਹਦੇ ਨਾਲ ਵੀਜ਼ਾ ਪ੍ਰਕਿਰਿਆ ਦੇ ਉੱਪਰ ਬਹੁਤ ਜ਼ਿਆਦਾ ਅਸਰ ਹੋਊਗਾ ਪਰ ਹਰ ਰੋਜ਼ ਇਹ ਚਿੰਤਾ ਵੱਧਦੀ ਜਾ ਰਹੀ ਹੈ ਪਤਾ ਨਹੀਂ ਕਿਉਂ ਇਹ ਮਸਲੇ ਹੱਲ ਨਹੀਂ ਹੋ ਰਹੇ ਮਸਲਾ ਹੱਲ ਹੋਣਾ ਚਾਹੀਦਾ ਹੈ ਬਹੁਤ ਸਾਰੇ ਲੋਕਾਂ ਦੀ ਜਿਹੜੀ ਕਹ ਲੋ ਵੀ ਜਿਹੜਾ ਉਹਨਾਂ ਦਾ ਭਵਿੱਖ ਹੈ ਉਹ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਟਿਕਿਆ ਹੋਇਆ ਹੈ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਜਾਣਾ ਚਾਹੁੰਦੇ ਨੇ ਵਿਦੇਸ਼ ਵੱਲ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਪੂਰੇ ਕਰਨ ਦੇ ਲਈ ਹੈਨਾ ਤੇ ਆ ਗੱਲਾਂ ਉਹਨਾਂ ਨੂੰ ਚਿੰਤਾ 'ਚ ਪਾ ਰਹੀਆਂ ਨੇ ਬਿਲਕੁਲ ਪਰ ਨਾ ਮੈਂ ਕਦੇ-ਕਦੇ ਸੋਚਦਾ ਹੁੰਦਾ ਹਾਂ ਵੀ ਜਿਹੜੇ ਅਸੀਂ ਪੰਜਾਬੀ ਭਾਈਚਾਰੇ ਦੇ ਲੋਕ ਆ ਸਾਡੇ ਵਿੱਚੋਂ ਕਈ ਜਿਹੜੀ ਅਰਦਾਸ ਹਨ ਉਹ ਵੀ ਆਪਣੀ ਸਹੂਲਤ ਤੇ ਆਪਣੇ ਤਰੀਕੇ ਨਾਲ ਕਰਦੇ ਆਂ ਬੜੀਆਂ ਥਾਵਾਂ ਦੇ ਉੱਤੇ ਇਹ ਗੁੱਸਾ ਨਾ ਕਰਿਓ ਗੱਲ ਕੌੜੀ ਆ ਪਰ ਸਮਝੋ ਜ਼ਰੂਰ ਗੁਰੂ ਘਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਅਸੀਂ ਅਰਦਾਸ ਕੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਨੂੰ ਉਸ ਮੁਲਕ ਦੇ ਵਿੱਚ ਭੇਜ ਦੇ ਜਿੱਥੇ ਤੁਸੀਂ ਨਹੀਂ ਗਏ ਜਿਹੜੀ ਧਰਤੀ ਦੇ ਉੱਤੇ ਤੁਸੀਂ ਪ੍ਰਗਟ ਹੋਏ ਜਿਹੜੀ ਧਰਤੀ ਤੇ ਤੁਸੀਂ ਸੰਘਰਸ਼ ਕੀਤਾ ਜਿਹੜੀ ਧਰਤੀ ਦੇ ਉੱਤੇ ਤੁਸੀਂ ਲੜਾਈਆਂ ਲੜੀਆਂ ਜ਼ੁਲਮ ਦੇ ਖਿਲਾਫ ਟੱਕਰਾਂ ਕੀਤਾ ਜਿਹੜੀ ਧਰਤੀ ਤੇ ਤੁਸੀਂ ਜੋਤੀ ਜੋਤ ਸਮਾਏ ਉਸ ਧਰਤੀ ਦੇ ਵਿੱਚੋਂ ਸਾਨੂੰ ਕੱਢ ਕੇ ਤੇ ਬਾਹਰਲੇ ਮੁਲਖ ਭੇਜ ਦੇ ਜਦੋਂ ਬਾਹਰਲੇ ਮੁਲਖ ਚਲੇ ਗਏ ਫਿਰ ਅਸੀਂ ਇਹ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜਿਹੜੀ ਧਰਤੀ ਦੇ ਉੱਤੇ ਤੁਸੀਂ ਹੋਏ ਉਸ ਧਰਤੀ ਨੂੰ ਭਾਗ ਲੱਗੇ ਰਹਿਣ ਫਿਰ ਅਸੀਂ ਉਸ ਤੋਂ ਬਾਅਦ ਵੱਖਰੀਆਂ ਗੱਲਾਂ ਕੀਤੀਆਂ ਜਦੋਂ ਪਿਛਲੀ ਵਾਰ ਚੋਣਾ ਸੀ ਅਸੀਂ ਇੱਥੇ ਬੈਠੇ ਨੇ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਟਰੂਡੋ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਬਣ ਜੇ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਸੀ ਸਾਨੂੰ ਲੱਗਦਾ ਸੀ ਵੀ ਭਾਈ ਬੰਦੇ ਭੱਜੀ ਜਾਂਦੇ ਆ ਭਰ ਭਰ ਕੇ ਜਹਾਜ਼ ਜਾਈ ਜਾਂਦੇ ਆ ਹੁਣ ਜਦੋਂ ਸ਼ਕਤੀ ਵਰਤਨੀ ਆ ਕਹਿੰਦੇ ਸੱਚੇ ਪਾਤਸ਼ਾਹ ਐਤ ਕੀ ਰਾ ਨੂੰ ਮੌਕਾ ਮਿਲ ਜੇ ਮਤਲਬ ਅਸੀਂ ਹਰ ਕੰਮ ਆਪਣੀ ਸਹੂਲਤ ਮੁਤਾਬਕ ਤੇ ਆਪਣੀ ਹਿੱਸੇ ਮੁਤਾਬਕ ਕਰਦੇ ਆ ਇਹ ਤਾਂ ਗੱਲ ਸਹੀ ਹੈ ਟਾਣਾ ਸਾਹਿਬ ਅਸੀਂ ਹਮੇਸ਼ਾ ਹੀ ਆਹ ਚੀਜ਼ਾਂ ਕਰਦੇ ਆਏ ਆ ਤੇ ਕਰਦੇ ਅੱਗੇ ਵੀ ਰਵਾਂਗੇ ਹਨਾ ਠੀਕ ਹੈ ਹਰ ਇੱਕ ਬੰਦਾ ਕਿਉਂਕਿ ਅੰਤ ਦੇ ਵਿੱਚ ਤਾਂ ਉਸ ਪਰਮਾਤਮਾ ਦੇ ਹੱਥ ਡੋਰੀ ਹੈ ਨਾ ਟਾਣਾ ਸਾਹਿਬ ਹਰ ਬੰਦਾ ਉਹਦੇ ਅੱਗੇ ਹੀ ਨਤਮਸਤਕ ਹੁੰਦਾ ਹੈ ਉਹਦੇ ਉਹਨੂੰ ਹੀ ਤੇ ਆਉਂਦਾ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਵੀ ਭਾਈ ਮੇਰੇ ਆਹਾ ਹ ਮਸਲੇ ਹੱਲ ਹੋ ਜਾਣ ਹੈ ਨਾ ਇਹ ਪਰਮਾਤਮਾ ਮੈਨੂੰ ਇਸ ਜੰਜਾਲ ਦੇ ਵਿੱਚੋਂ ਕੱਢ ਦੇ ਪਰ ਗੱਲ ਇਹ ਹੈ ਕਿ ਇਹ ਜੋ ਕੁਝ ਵਾਪਰ ਰਿਹਾ ਹੈ ਇਹ ਮੈਨੂੰ ਲੱਗਦਾ ਨਹੀਂ ਕਿ ਇੰਨੀ ਜਲਦੀ ਸਾਰਾ ਕੁਝ ਹੱਲ ਹੋ ਜਾਊਗਾ ਜਿਸ ਰਫ਼ਤਾਰ ਦੇ ਨਾਲ ਚੀਜ਼ਾਂ ਬਦਲ ਰਹੀਆਂ ਨੇ ਜਿਸ ਰਫ਼ਤਾਰ ਦੇ ਨਾਲ ਪਾਲਿਸੀਆਂ ਬਦਲ ਰਹੀਆਂ ਨੇ ਜਿਸ ਰਫ਼ਤਾਰ ਦੇ ਨਾਲ ਇਹ ਜੋ ਕੁਝ ਵੀ ਹੁਣ ਵਾਪਰਿਆ ਹੈ ਇਹਦੇ ਨਾਲ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਚੁਣੌਤੀਆਂ ਹੋਰ ਹੋਣ ਗਿਆ ਇਹ ਛੋਟੀਆਂ ਹੋਣ ਵਾਲੀਆਂ ਨਹੀਂ ਇੱਕ ਕੁੜਤਣ ਜਿਹੜੀ ਆ ਉਹ ਰਿਸ਼ਤੇ ਦੇ ਵਿੱਚ ਆਈ ਇਹਦੇ ਦੂਰ ਰਸੇ ਨਤੀਜੇ ਬਹੁਤੇ ਚੰਗੇ ਨਹੀਂ ਹੋਣਗੇ ਇਹ ਕੁੜਤਣ ਕਦੋਂ ਕ ਜਾ ਕੇ ਮੁੱਕੂ ਜਾਂ ਕਦੋਂ ਕ ਜਾਏ ਘਟੂ ਇਹ ਸਮਾਂ ਦੱਸੂ ਪਰ ਕੱਲੇ ਵਿਆਹਾਂ ਦੀ ਗੱਲ ਹੀ ਨਹੀਂ ਇਹ ਵਪਾਰਕ ਸਮਝੌਤੇ ਵੀ ਆ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਗੱਲਾਂ ਆਰਥਿਕਤਾ ਨਾਲ ਵੀ ਜੁੜੀਆਂ ਹੋਈਆਂ ਅਰਥਚਾਰੇ ਨਾਲ ਜੁੜੀਆਂ ਵਹਨੇ ਭਾਈ ਕੀ ਬਣਦਾ ਜੀ ਉਹ ਵੀ ਹਾਜ਼ਰ ਹੈ ਜਾਂਚਦਾ ਵਿੱਚ ਆ ਹਰਮਨ ਜੀ ਮੈਂ ਨਾ ਇਤਕੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਕਈ ਗੱਲਾਂ ਨਾ ਨੋਟ ਕੀਤੀਆਂ ਮੇਰੇ ਦਿਮਾਗ ਦੇ ਵਿੱਚ ਆਈਆਂ ਵੀ ਯਾਰ ਇਤਕੀ ਅਵੱਲਾ ਪਣ ਕਿਵੇਂ ਰਿਆ ਕਿਹੜੀਆਂ ਕਿਹੜੀਆਂ ਬੋਲੀਆਂ ਲੱਗੀਆਂ ਇਤਕੀ ਗੋਲੀਆਂ ਚੱਲੀਆਂ ਇਤਕੀ ਬੰਦੇ ਮਾਰੇ ਗਏ ਇਤਕੀ ਲੀੜੇ ਪਾੜੇ ਗਏ ਇਤਕੀ ਕਾਗਜ਼ ਰੱਦ ਹੋਏ ਇਤਕੀ ਵੋਟਾਂ ਦੇ ਮੌਕੇ ਵੀ ਬੜਾ ਕੁਝ ਹੋਇਆ ਤੇ ਜੋ ਜੋ ਤਮਾਸ਼ੇ ਇਤਕੀ ਚੱਲੇ ਆ ਖਵਾਉਣ ਪਿਆਉਣ ਦੇ ਲੋਕਾਂ ਨੂੰ ਨਿਹਾਲ ਕਰਨ ਦੇ ਵੀ ਪਾਈ ਪਿਆ ਪਾ ਕੇ ਖਵਾ ਖਵਾ ਕੇ ਜੋ ਕੁਝ ਕਰ ਸਕਦੇ ਕਰੋ ਬੀਬੀਆਂ ਨੂੰ ਠੰਡੇ ਪਿਆ ਪਾ ਕੇ ਇਤਕੀ ਖਰਚੇ ਬਹੁਤ ਹੋਏ ਆ ਜੀ ਇਹ ਪੰਚਾਇਤੀ ਚੋਣਾਂ ਧੜੇਬੰਦੀ ਦੇ ਵਿੱਚ ਵਾਅਦਾ ਕਰਗੀਆਂ ਇਹਨੇ ਕਟੌਤੀ ਨਹੀਂ ਕੀਤੀ ਇਹ ਗੱਲ ਯਾਦ ਰੱਖਿਓ ਇਹਨਾਂ ਪੰਚਾਇਤੀ ਚੋਣਾਂ ਨੇ ਜਿੱਥੇ ਜਿੱਥੇ ਸਰਬਸੰਮਤੀ ਹੋ ਗਈ ਉੱਥੇ ਬਹੁਤ ਵਧੀਆ ਗੱਲ ਆ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਧੜੇਬੰਦੀ ਦੇ ਵਿੱਚ ਵਾਅਦਾ ਕਰਗੀਆਂ ਇਹ ਦੁਸ਼ਮਣੀ ਪੁਆ ਗਈਆਂ ਇਹ ਵੈਰ ਦੇ ਵਿੱਚ ਵਾਅਦਾ ਕਰਗੀਆਂ ਜਿਹੜਾ ਵੈਰ ਸਾਡਾ ਪਹਿਲਾਂ ਨਹੀਂ ਮੁਖਦਾ ਉਹਦੇ ਵਿੱਚ ਹੋਰ ਇਜ਼ਾਫਾ ਕਰ ਗਿਆ ਪਰ ਅਿਤਕੀ ਜੋ ਵੇਖਣ ਨੂੰ ਵੱਖਰੀ ਗੱਲ ਆਈ ਆ ਉਹ ਹੈਗੀ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਝੋਨ ਲੜਨੀ ਆ ਮੈਂ ਇੱਕ ਰਿਪੋਰਟ ਪੜ੍ਹ ਕੇ ਹਟਿਆ ਪੰਜਾਬ ਦੇ ਮਾਲਵਾ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਵੇਂ ਸਰਪੰਚੀ ਦੇ ਲਈ ਤੇ ਕਿਵੇਂ ਪੰਚਾਇਤ ਮੈਂਬਰੀ ਦੇ ਵਾਸਤੇ ਬੰਦਿਆ ਨੇ ਤੇ ਬੁੜੀਆਂ ਨੇ ਝੋਨ ਲੜੀ ਆ ਜਿਹੜੇ ਲੋਕ ਆ ਕੇ ਪੰਜਾਬ ਦੇ ਵਿੱਚ ਦੋ ਦਹਾਕੇ ਪਹਿਲਾਂ ਤਿੰਨ ਦਹਾਕੇ ਪਹਿਲਾਂ 15 ਸਾਲ ਪਹਿਲਾਂ ਵਸੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬ ਦੇ ਪਿੰਡਾਂ ਨੂੰ ਸਵਰਗ ਬਣਾਉਣਾ ਚਾਹੁੰਦੀ ਹੂੰ ਮਨ ਨੂੰ ਆਪਣੇ ਪਿੰਡ ਦਾ ਬੜਾ ਮੋਹ ਆਂਦੀ ਮੇਰਾ ਕੁੜੀ ਹੈ ਜਿਹੜਾ ਉਹ ਫਲਾਣੇ ਸਕੂਲ ਜਾਂਦਾ ਮੇਰਾ ਮੁੰਡਾ ਜਿਹੜਾ ਉਹ ਫਲਾਣੇ ਸਕੂਲ ਜਾਂਦੀ ਉਹਨਾਂ ਦੇ ਵੱਲ ਜੋ-ਜੋ ਕੁਝ ਕਿਹਾ ਗਿਆ ਤੇ ਜੋ-ਜੋ ਇੱਥੇ ਕੀ ਚੋਣ ਲੜਨ ਦੇ ਤਰੀਕੇ ਵਰਤੇ ਗਏ ਉਹ ਪੰਜਾਬ ਦਾ ਭਵਿੱਖ ਦੱਸਣ ਲਈ ਕਾਫੀ ਆ ਹਾਲਾਂਕਿ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਉਹ ਇੱਥੇ ਵੜਦੇ ਕਦੋਂ ਆ ਅਸੀਂ ਸੱਦਦੇ ਆ ਅਸੀਂ ਤਾਂ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਖੜੇ ਹੁੰਨੇ ਆ ਵੇ ਟਰਾਲੀ ਭਰ ਕੇ ਆਪਦੇ ਖੇਤ ਦੇ ਵਿੱਚ ਲੈ ਕੇ ਜਾਣੇ ਆ ਸਾਡਾ ਝੋਨਾ ਪਹਿਲਾਂ ਲੱਗੇ ਅਸੀਂ ਉਹਨਾਂ ਪਾਗਵਾ ਵੀ ਦਿੰਨੇ ਆ ਅਧਿਆ ਵੀ ਦਿੰਨੇ ਆ ਬੋਤਲ ਵੀ ਦਿੰਨੇ ਆ ਕੂਲਰ ਵੀ ਦਿੰਨੇ ਆ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਕੇ ਦਿੰਨੇ ਆ ਉਹ ਆਏ ਮਿਹਨਤ ਕੀਤੀ ਤੇ ਸਥਾਪਿਤ ਹੋ ਗਏ ਅਸੀਂ ਕਿਤੇ ਹੋਰ ਜਾ ਕੇ ਸਥਾਪਿਤ ਹੋ ਗਏ ਜਿੱਥੇ ਅਸੀਂ ਸਥਾਪਿਤ ਹੋ ਗਏ ਉੱਥੇ ਰਾਜਨੀਤਿਕ ਚੱਕਰ ਦੇ ਵਿੱਚ ਨਹੀਂ ਸੀ ਕੰਮ ਇੱਥੇ ਰਾਜਨੀਤਿਕ ਚੱਕਰ ਦੇ ਵਿੱਚ ਉਹਨੀਆਂ ਵੋਟਾਂ ਬਣੀਆਂ ਅਸੀਂ ਜਦੋਂ ਕੈਨੇਡਾ ਜਾਂਦੇ ਆ ਉਦੋਂ ਪਹਿਲਾਂ ਤਾਂ ਅਸੀਂ ਵਰਕ ਪਰਮਿਟ ਤੇ ਰਹਿੰਨੇ ਆ ਪਹਿਲਾਂ ਪੜ੍ਹਾਈ ਪੂਰੀ ਕੀਤੀ ਵਰਕ ਪਰਮਿਟ ਤੇ ਰਹੇ ਫਿਰ ਸਾਡੀ ਪੀਆਰ ਹੋਈ ਚਾਰ ਪੰਜ ਸਾਲ ਨਿਕਲ ਗਏ ਫਿਰ ਉਸ ਤੋਂ ਕਈ ਸਾਲਾਂ ਬਾਅਦ ਸਿਟੀਜ਼ਨਸ਼ਿਪ ਹੋਈ ਫਿਰ ਸਾਨੂੰ ਵੋਟ ਦੇ ਅਧਿਕਾਰ ਫਿਰ ਅਸੀਂ ਚੋਣ ਵੀ ਲੜ ਸਕਦੇ ਹਾਂ ਪਰ ਇੱਥੇ ਅਨੁਸਾਰ ਜਿਵੇਂ ਰਾਜਨੀਤਿਕ ਲੋਕਾਂ ਨੇ ਆਪਣੀ ਵੋਟ ਬੈਂਕ ਪੱਕੀ ਕਰਨ ਦੀ ਖਾਤਰ ਇਹਨਾਂ ਨੂੰ ਟਿਕਾ ਦਿੱਤਾ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਰਪੰਚ ਉਹ ਵੀ ਹੋਇਆ ਕਰਨਗੇ ਸਹੀ ਫਿਰ ਅਸੀਂ ਕੀ ਕਰਾਂਗੇ ਸਰਪੰਚ ਸਾਹਿਬ ਸਾਡਾ ਮਸਲਾ ਨਹੀਂ ਹੱਲ ਹੁੰਦਾ ਟਾਣਾ ਸਾਹਿਬ ਕੱਲੇ ਸਰਪੰਚ ਨਹੀਂ ਐਮਐਲਏ ਵੀ ਹੋਣਗੇ ਉਹ ਹੋਰ ਵੀ ਬਹੁਤ ਸਾਰੇ ਜਿਹੜੇ ਉੱਚੇ ਅਹੁਦੇ ਨੇ ਉਹਨਾਂ ਦੇ ਉੱਪਰ ਹੋਣਗੇ ਗੱਲ ਇਹ ਹੈ ਕਿ ਜਿਹੜਾ ਕਾਬਲ ਬੰਦਾ ਉਹ ਅੱਗੇ ਵਧਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਨਾ ਮਿਲੇ ਸਰਪੰਚੀ ਤੇ ਉਹਨੂੰ ਮਿਲ ਜਵੇ ਜਿਹਦੇ ਚ ਕਾਬਲੀਅਤ ਹੈ ਜਿੰਨੂੰ ਲੋਕ ਵੋਟ ਪਾਉਣਗੇ ਉਹਨੇ ਅੱਗੇ ਨਿਕਲਣਾ ਹੀ ਨਿਕਲਣਾ ਹੈ ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਟਾਣਾ ਸਾਹਿਬ ਕਿ ਹੋ ਸਕਦਾ ਕੁਝ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਹੋਣ ਕੁਝਕ ਨਾ ਹੋਣ ਵੀ ਜੇਕਰ ਪੰਜਾਬੀਆਂ ਦੇ ਲਈ ਨਿਯਮ ਨੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਤੇ ਉਹ ਉੱਥੇ ਕਿਵੇਂ ਰਹਿ ਸਕਦੇ ਨੇ ਕਿਵੇਂ ਜ਼ਮੀਨ ਖਰੀਦ ਸਕਦੇ ਨੇ ਜਾਂ ਖਰੀਦ ਸਕਦੇ ਵੀ ਨੇ ਕਿ ਨਹੀਂ ਖਰੀਦ ਸਕਦੇ ਤੇ ਉਦਾਂ ਦੇ ਕੁਝ ਨਿਯਮ ਤਾਂ ਪੰਜਾਬ 'ਚ ਵੀ ਹੋਣੇ ਚਾਹੀਦੇ ਨੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪੰਜਾਬ ਹਰ ਕਿਸੇ ਨੂੰ ਜੀ ਆਇਆਂ ਨੂੰ ਕਹਿੰਦਾ ਪੰਜਾਬ ਬਾਹਾਂ ਖਿਲਾਰ ਕੇ ਹਰ ਕਿਸੇ ਨੂੰ ਉਨਾ ਹੀ ਪਿਆਰ ਦਿੰਦਾ ਹੈ ਨਾ ਪਰ ਪੰਜਾਬੀਆਂ ਦੇ ਨਾਲ ਹਰ ਪਾਸੇ ਉਹ ਵਤੀਰਾ ਨਹੀਂ ਹੁੰਦਾ ਸੋ ਜੇ ਹੋਰ ਨਾਲ ਥਾਵਾਂ ਤੇ ਹੋਰ ਨਾਲ ਸੂਬਿਆਂ ਦੇ ਵਿੱਚ ਨਿਯਮ ਤੇ ਸ਼ਰਤਾਂ ਨੇ ਤੂੰ ਪੰਜਾਬ ਦੇ ਵਿੱਚ ਵੀ ਹੋਣੇ ਚਾਹੀਦੇ ਨੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਦੀ ਸਹਿਮਤ ਹਾਂ ਜੀ ਸੱਚੇ ਆਓ ਕੰਮ ਕਰੋ ਜਿਵੇਂ ਮਰਜ਼ੀ ਕੰਮ ਕਰੋ ਪਰ ਜਿਹੜੇ ਕੁਝ ਕੁ ਨਿਯਮ ਨੇ ਉਹ ਤਾਂ ਸਖਤ ਹੋਣੇ ਚਾਹੀਦੇ ਜੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨੂੰ ਬਚਾਇਆ ਜਾਵੇ ਤਾਂ ਫਿਰ ਪੰਜਾਬਗਾਂ ਨੂੰ ਇੱਕੇਚ ਵੀ ਰਹਿਣਾ ਪਊਗਾ ਸਹੀ ਆ ਜਿਹੜਾ ਪਿੰਡਾਂ ਦੇ ਵਿੱਚ ਆਪਾਂ ਜਲੂਸ ਕੱਢਿਆ ਹੁਣੇ ਹੁਣੇ ਸਰਪੰਚੀ ਦੇ ਨਾਂ ਦੇ ਉੱਤੇ ਇਹਦੇ ਨਾਲ ਤਾਂ ਫਿਰ ਖਾਲੀ ਥਾਵਾਂ ਨੂੰ ਕੋਈ ਨਾ ਕੋਈ ਤਾਂ ਕਿ ਭਰੂਗਾ ਨਾ ਅਸੀਂ ਤਾਂ ਬੰਦੇ ਨੂੰ ਵੇਖ ਕੇ ਰਾਜ਼ੀ ਨਹੀਂ ਹੁੰਦੇ ਇੱਕ ਬੰਦਾ ਜੇਕਰ ਕਾਮਯਾਬ ਹੁੰਦਾ 50 ਜਣੇ ਉਹਦੇ ਲੱਤਾਂ ਖਿੱਚਦੇ ਆ 100 ਜਣਾਂ ਉਹਦੇ ਬਾਰੇ ਪਾਸੇ ਜਿਹੜਾ ਗੱਲਾਂ ਕਰਦਾ ਤੇ ਕਦੇ ਦੇਖਿਆ ਵੀ ਪ੍ਰਵਾਸੀ ਮਜ਼ਦੂਰ ਜਿਹਨੂੰ ਤੁਸੀਂ ਜਾਂ ਅਸੀਂ ਭਈਆ ਕਹਿੰਦੇ ਆ ਉਹਨੇ ਰੇੜੀ ਲਾਈ ਹੋਵੇ ਤੇ ਉਹ ਭੁੱਖਾ ਮਰਦਾ ਹੋਵੇ ਉਹ ਇੱਥੇ ਆ ਕੇ 300 ਰੁਪਏ 400 ਰੁਪਏ 500 ਰੁਪਏ ਚ ਕਾਮਯਾਬ ਹੋ ਗਿਆ ਅਸੀਂ ਜਾਇਦਾਦਾਂ ਵਾਲੇ ਖੁੰਗਲ ਹੋ ਗਏ ਇਹਦੇ ਪਿੱਛੇ ਵਜ੍ਹਾ ਕੀ ਆ ਇਹ ਗੱਲ ਜ਼ਰੂਰ ਸੋਚਣੀ ਵਿਚਾਰਨੀ ਬਣਦੀ ਵੀ ਪੰਜਾਬ ਨੂੰ ਸਰਕਾਰਾਂ ਨੇ ਤਾਂ ਜੋ ਕੁਝ ਕੀਤਾ ਕੀਤਾ ਹੀ ਆ ਅਸੀਂ ਆਪ ਪੰਜਾਬ ਦੇ ਪਿੰਡਾਂ ਨੂੰ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਕਿਵੇਂ ਖੋਰਾ ਲਾਇਆ ਪੰਜਾਬੀਆਂ ਨੇ ਜੀ ਬਿਲਕੁਲ ਸਹੀ ਕਿਹਾ ਜੱਜ ਦਾ ਵੀ ਚਾ ਪ੍ਰਾਇਮਰੀ ਸ਼ਾ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ ਬਿਲਕੁਲ ਜੀ ਟਾਣਾ ਸਾਹਿਬ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਗਾਇਕ ਗੁਲਾਬ ਸਿੱਧੂ ਨਜ਼ਰ ਆ ਰਹੇ ਨੇ ਔਰ ਕਹਿੰਦੇ ਕਿ ਉਹ ਜਿਸ ਵੇਲੇ ਸਟੇਜ ਦੇ ਉੱਪਰ ਗਾ ਰਹੇ ਸੀ ਉਸ ਵੇਲੇ ਉੱਥੇ ਉਹਨਾਂ ਦੇ ਜਿਹੜੇ ਬਾਉਂਸਰਸ ਨੇ ਉਹਨਾਂ ਦੇ ਵੱਲੋਂ ਕੁਝ ਲੋਕਾਂ ਦੇ ਨਾਲ ਜਿਹੜੀ ਹੈ ਉਹ ਹੱਥੋਪਾਈ ਕੀਤੀ ਗਈ ਉਹਨਾਂ ਨੂੰ ਧੱਕਾ ਮਾਰਿਆ ਗਿਆ ਸਿੱਧੂ ਹੋਰਾਂ ਨੂੰ ਸਟੇਜ ਛੱਡ ਕੇ ਜਾਣਾ ਪਿਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਗੁਲਾਬ ਸਿੱਧੂ ਨੇ ਹੁਣ ਮਾਫੀ ਮੰਗ ਲਈਏ ਇਸ ਵਰਤਾਰੇ ਤੇ ਜੀ ਉਹਦੇ ਬੌਂਸਰਾਂ ਨੇ ਵੀ ਮਾਫੀ ਮੰਗ ਲਈਆ ਚਲੋ ਬਹੁਤ ਵਧੀਆ ਗੱਲ ਆ ਜੇ ਗਲਤੀ ਹੋ ਜਾਵੇ ਤਾਂ ਉਹਨੂੰ ਮੰਨ ਕੇ ਮਾਫੀ ਮੰਗ ਲੈਣ ਦੇ ਵਿੱਚ ਕੋਈ ਘਟਾ ਨਹੀਂਗਾ ਇਹ ਇੱਕ ਪ੍ਰਾਪਤੀ ਆ ਹਰ ਕਿਸੇ ਤੋਂ ਗਲਤੀ ਹੁੰਦੀ ਐ ਤੇ ਹਰ ਕਿਸੇ ਨੂੰ ਗਲਤੀ ਦੇ ਉੱਤੇ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਨਹੀਂ ਵੀ ਤੌਣ ਚ ਕੀਲਾ ਪਸਾ ਲਈ ਮੈਂ ਕਿਉਂ ਮੰਗਾ ਇਹ 'ਚ ਕੋਈ ਘਟਦਾ ਨਹੀਂਗਾ ਜਦੋਂ ਲੋਕਾਂ ਦੇ ਨਾਲ ਸੰਬੰਧਤ ਸਾਡਾ ਕਾਰੋਬਾਰ ਆ ਕੀਤਾ ਤੇ ਲੋਕਾਂ ਦੀ ਸੰਤੁਸ਼ਟੀ ਲਈ ਸੀ ਕੰਮ ਕਰਦੇ ਤੇ ਗਲਤੀ ਦੀ ਮਾਫੀ ਮੰਗ ਲਈ ਬਹੁਤ ਵਧੀਆ ਗੱਲ ਆ ਸਹੀ ਪਰ ਇਹ ਮਸਲਾ ਸੀ ਖੰਨੇ ਦਾ ਖੰਨੇ ਦੇ ਵਿੱਚ ਦਸਹਰੇ ਦੇ ਮੌਕੇ ਤੇ ਸਟੇਜ ਲੱਗੀ ਆ ਗਾਇਕ ਨੂੰ ਗਾਉਣ ਵਾਸਤੇ ਬੁਲਾਇਆ ਗਿਆ ਜਿਹਦੇ ਖੇਤ ਦੇ ਵਿੱਚ ਸਟੇਜ ਲੱਗੀ ਆ ਕਿਸਾਨ ਦੇ ਉਹ ਤੇ ਉਹਦਾ ਪੁੱਤ ਸਟੇਜ ਦੇ ਉੱਤੇ ਚੜਨਾ ਚਾਹੁੰਦੇ ਸੀ ਜਾਂ ਚੜ ਗਏ ਤੇ ਬੌਂਸਰਾਂ ਨੇ ਧੱਕੇ ਮਾਰ ਕੇ ਥੱਲੇ ਸੁੱਟਤਾ ਜਿਵੇਂ ਆਪਾਂ ਕਹਿ ਦਈਏ ਵੀ ਕੰਨ ਤੋਂ ਧੱਕਾ ਦਿੱਤਾ ਹੁੰਦਾ ਇੰਨੀ ਉੱਚੀ ਸਟੇਜ ਸੀ ਥੱਲੇ ਸੁੱਟਦੇ ਆ ਪਾਗਲ ਅੱਥਗੀ ਬਜ਼ੁਰਗ ਰੋਂਦੇ ਦੀ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਕਿ ਮਿਰਗਾਂ ਧੀਆ ਕਹਿੰਨੀਆਂ ਬਾਹਰ ਬੈਠੀਆਂ ਵੇ ਬਾਪੂ ਤੂੰ ਕਿਹੜੇ ਚੱਕਰ ਚ ਪੈ ਗਿਆ ਨਾਲੇ ਖੇਤ ਦਿੱਤਾ ਮੁਫਤ ਦੇ ਵਿੱਚ ਨਾਲੇ ਬਦਨਾਮੀ ਜਦ ਕੇ ਬਾਪੂ ਜੀ ਕਹਿੰਦੇ ਕਿ ਮੈਨੂੰ ਉਸ ਸਟੇਜ ਤੇ ਚੜਾਇਆ ਗਿਆ ਸੀ ਮੈਂ ਆਪ ਆਪਣੀ ਮਰਜ਼ੀ ਦੇ ਨਾਲ ਨਹੀਂ ਸੀ ਗਿਆ ਮੈਨੂੰ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਬਿ ਆਓ ਸਟੇਜ ਦੇ ਉੱਪਰ ਚਲੀਏ ਤੇ ਉਸ ਤੋਂ ਬਾਅਦ ਮੈਂ ਗਿਆ ਤੇ ਉਸ ਤੋਂ ਬਾਅਦ ਇਹ ਸਾਰਾ ਵਰਤਾਰਾ ਉੱਥੇ ਹੋਇਆ ਫਿਰ ਉਸ ਤੋਂ ਬਾਅਦ ਗੁਲਾਬ ਸਿੱਧੂ ਇਹ ਵੀ ਗੱਲ ਕਹੀ ਜੀ ਨਾ ਬੇ ਭਾਈ ਕਿਸੇ ਦੀ ਦਸਤਾਰ ਨਹੀਂ ਲੈਣੀ ਚਾਹੀਦੀ ਉਹ ਯਾਰ ਸਿੱਧਾ ਟਰੈਕਟਰ ਨਾਲ ਲਈ ਆਓ ਯਾਰ ਕਿਸੇ ਦਾ ਨੁਕਸਾਨ ਹੋਊਗਾ ਪਰ ਬੌਂਸਰਾਂ ਨੇ ਆਪਣਾ ਕਾਂਡ ਕਰਤਾ ਜ ਅਸੀਂ ਸਾਰੇ ਬੌਂਸਰਾਂ ਨੂੰ ਵੀ ਇੱਕੋ ਰਸੇ 'ਤੇ ਨਹੀਂ ਬਣਦੇ ਪਰ ਬੌਂਸਰਾਂ ਦੀ ਜ਼ਿੰਮੇਵਾਰੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਕਿ ਭਾਈ ਕੁ ਸਟੇਜ 'ਤੇ ਨਾ ਆਵੇ ਮੇਰੀ ਗਾਇਕਾ ਨੂੰ ਵੀ ਬੇਨਤੀ ਹੈ ਵੀ ਯਾਰ ਜੇਕਰ ਕੋਈ ਸਟੇਜ ਦੇ ਉੱਤੇ ਆ ਵੀ ਜਾਊਗਾ ਤਾਂ ਆਪਣਾ ਕਿਹੜਾ ਮਾਈਕ ਹੋ ਕੇ ਭੱਜੂਗਾ ਵੱਤੋ ਵੱਤ ਕੀ ਕਰੂਗਾ ਫੋਟੋ ਖਿਚਾ ਲੂਗਾ ਦਿਲ ਖੋਲ ਕੇ ਫੋਟੋ ਮਰ ਖਿਚਾ ਲਿਆ ਕਰੋ ਤੇ ਮੇਰੀ ਲੋਕਾਂ ਨੂੰ ਵੀ ਬੇਨਤੀ ਹੈ ਵੀ ਐਵੇਂ ਨਾ ਆਪਾਂ ਦਗੜ ਦਗੜ ਕਰਦੇ ਸਟੇਜ 'ਤੇ ਚੜ ਜਾ ਕਰਗੇ ਕੋਈ ਗਵਾਈਆ ਚੰਗਾ ਲੱਗਦਾ ਸੁਣ ਲੋ ਨਹੀਂ ਚੰਗਾ ਲੱਗਦਾ ਘਰ ਨੂੰ ਚਲੇ ਜਾਓ ਦੇਖੋ ਗੱਲ ਇਹ ਹੈ ਜਾਨਾ ਸਭ ਲੋਕ ਵੀ ਗਾਇਕਾਂ ਦੇ ਨਾਲ ਮਸ਼ਹੂਰ ਹਸਤੀਆਂ ਦੇ ਨਾਲ ਚੰਗਾ ਵਤੀਰਾ ਕਰਨ ਬਹੁਤ ਵਾਰ ਇਹੋ ਜਿਹੀ ਵੀਡੀਓ ਸਾਹਮਣੇ ਆਉਂਦੀ ਹੈ ਮੈਂ ਇਸ ਇਸ ਮੈਟਰ ਦੀ ਗੱਲ ਨਹੀਂ ਕਰ ਰਹੀ ਵੈਸੇ ਬਹੁਤ ਵਾਰ ਇਹੋ ਜੀਆਂ ਵੀਡੀਓ ਸਾਹਮਣੇ ਆਉਂਦੀਆਂ ਕਿ ਕਿਸੇ ਗਾਇਕ ਦਾ ਝੱਗਾ ਖਿੱਚ ਲਿਆ ਕਿਸੇ ਨਾਲ ਵੈਸੇ ਕੋਈ ਬਦਸਲੂਕੀ ਕਰ ਲਈ ਲੋਕ ਵੀ ਇਹ ਕੰਮ ਨਾ ਕਰਨ ਤੇ ਗਾਇਕਾਂ ਨੂੰ ਵੀ ਇਹ ਬੇਨਤੀ ਹੈ ਜਦੋਂ ਵੀ ਕੋਈ ਵੀ ਬੰਦਾ ਮਸ਼ਹੂਰ ਹੁੰਦਾ ਹੈ ਤੇ ਉਹ ਸਿਰਫ ਤੇ ਸਿਰਫ ਲੋਕਾਂ ਦੇ ਪਿਆਰ ਦਾ ਕਰਕੇ ਮਸ਼ਹੂਰ ਹੁੰਦਾ ਹੈ ਕਿ ਲੋਕ ਉਹਨੂੰ ਪਿਆਰ ਕਰਦੇ ਨੇ ਤੇ ਜੇਕਰ ਕੋਈ ਆ ਕੇ ਫੋਟੋ ਖਿਚਾਵਾ ਵੀ ਲੈਂਦਾ ਸਲੀਕੇ ਨਾਲ ਤੁਹਾਡੇ ਨਾਲ ਪੇਸ਼ ਵੀ ਆਉਂਦਾ ਕਰ ਰਿਆ ਕਰੋ ਤੇ ਜਿਹੜੇ ਬਾਉਂਸਰ ਵੀਰ ਨੇ ਉਹ ਵੀ ਠੀਕ ਹੈ ਤੁਹਾਡੀ ਡਿਊਟੀ ਦੇ ਵਿੱਚ ਇਹ ਗੱਲ ਸ਼ਾਮਿਲ ਹੈ ਕਿ ਤੁਸੀਂ ਉਸ ਬੰਦੇ ਦੀ ਰੱਖਿਆ ਕਰਨੀ ਆ ਉਹਦੇ ਨੇੜੇ ਨਹੀਂ ਕਿਸੇ ਨੂੰ ਜਾਣ ਦੇਣਾ ਪਰ ਇੱਕ ਤੌਰ ਤਰੀਕਾ ਹੁੰਦਾ ਇੱਕ ਸਲੀਕਾ ਹੁੰਦਾ ਆਪਾਂ ਐਵੇਂ ਹੀ ਨਾ ਵੀ ਕਿਸੇ ਨੂੰ ਵੀ ਧੱਕਾ ਮਾਰਤਾ ਕਿਸੇ ਨਾਲ ਵੀ ਕੁਝ ਵੀ ਕਰ ਲਿਆ ਹਨਾ ਵਤੀਰਾ ਜਿਹੋ ਜਾਂ ਮਰਜ਼ੀ ਕਰ ਲਿਆ ਗਾਲ ਕੱਢਤੀ ਕਦੇ ਕੁਝ ਹੋ ਗਿਆ ਕਦੇ ਕੁਝ ਵੀ ਇਹ ਕੰਮ ਨਾ ਕਰਿਆ ਕਰੀ ਆਪਣੀ ਡਿਊਟੀ ਨਿਭਾਓ ਪਰ ਡਿਊਟੀ ਨਿਭਾਉਣ ਦੇ ਤਰੀਕੇ ਬਹੁਤ ਨੇ ਬਿਲਕੁਲ ਤੇ ਅਗਲੀ ਗੱਲ ਇਹ ਆ ਵੀ ਵਿਗੜੇ ਹੋਏ ਮਸਲੇ ਨੂੰ ਹੱਲ ਕਿਵੇਂ ਕਰਨਾ ਇਹ ਜਾਂ ਤਾਂ ਗਾਇਕ ਕੋਲੇ ਜੁਗਤ ਹੁੰਦੀ ਹੈ ਜਾਂ ਮੰਚ ਸੰਚਾਲਕ ਦੇ ਕੋਲੇ ਹੁੰਦੀ ਜਦੋਂ ਸਟੇਜ ਦੇ ਉੱਤੇ ਖੜੇ ਆ ਤੇ ਵਿਚਰਨਾ ਗਾਇਕ ਨੇ ਤੇ ਮਿੱਟੀ ਗਾਇਕ ਦੀ ਪੱਟੀ ਜਾਂਦੀ ਹੈ ਬੌਂਸਰ ਨੂੰ ਕੌਣ ਜਾਣਦਾ ਬੌਂਸਰ ਨੂੰ ਉਹਦਾ ਦਾਇਰਾ ਜਾਣਦਾ ਪਰ ਜਿਹੜਾ ਬੰਦਾ ਟੀਵੀ ਤੇ ਆਉਂਦਾ ਜਿਹਦਾ ਗਾਣਾ ਮਸ਼ਹੂਰ ਹੋਇਆ ਉਹਨੂੰ ਕੋਲ ਦੁਨੀਆ ਜਾਣਦੀ ਹੈ ਇਸ ਕਰਕੇ ਮੇਰੀ ਸਮੂੱਚੇ ਗਾਇਕਾਂ ਨੂੰ ਬੇਨਤੀ ਆ ਕਿ ਆਪਣੇ ਬੌਂਸਰ ਸਹਿਬਾਨ ਨੂੰ ਇਹ ਗੱਲ ਕਹੋ ਕਿ ਲੋਕਾਂ ਨਾਲ ਬਦਸਲੂਕੀ ਨਹੀਂ ਕਰਨੀ ਪਿਆਰ ਦੀ ਭਾਸ਼ਾ ਹੀ ਸਿਰਫ ਵਰਤਨੀ ਹੈ ਕੋਈ ਧੱਕਾ ਨਹੀਂ ਕਰਨਾਗਾ ਤੁਸੀਂ ਮੇਰੀ ਰਾਖੀ ਲਈ ਆ ਨਾ ਕਿ ਮੇਰੀ ਆਲੋਚਨਾ ਦੇ ਲਈ ਵੀ ਮੇਰੀ ਮਿੱਟੀ ਪਟਾਕੇ ਰੱਖਦੇ ਹਾਂ ਗੁਲਾਬ ਸਿੱਧੂ ਨੇ ਮਾਫੀ ਮੰਗੀ ਬਹੁਤ ਵਧੀਆ ਗੱਲ ਆ ਇਦਾਂ ਦੇ ਬਹੁਤ ਸਾਰੇ ਮਾਮਲੇ ਹੁਣ ਤੱਕ ਆਏ ਆ ਸਾਹਮਣੇ ਸਹੀ ਕਦੇ ਕਿਸੇ ਥਾਂ ਦੇ ਉੱਤੇ ਗਾਇਕ ਨੂੰ ਸਟੇਜ ਛੱਡ ਕੇ ਭੱਜਣਾ ਪੈਂਦਾ ਸਿਰਫ ਬੌਂਸਰ ਦੀ ਗਲਤੀ ਕਰਕੇ ਕਦੇ ਕਿਸੇ ਥਾਂ ਤੇ ਕੁਝ ਵਾਪਰ ਜਾਂਦਾ ਬੌਂਸਰ ਦੀ ਗਲਤੀ ਕਰਕੇ ਆਜੋ ਆਪਾਂ ਇਹਨਾਂ ਨੂੰ ਸਮਝਾਈਏ ਵੀ ਨਾਲ ਰੱਖੀਏ ਸਾਡੀ ਜ਼ਰੂਰਤ ਹੋ ਸਕਦੀ ਆ ਪਰ ਆਪਾਂ ਕੋਈ ਨਾ ਕੋਈ ਵਿਵਾਦ ਨਾ ਸਹਿੜੀਏ ਬਿਲਕੁਲ ਸਹੀ ਲੋ ਆ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਤਾਂ ਹਰਮਨ ਜੀ ਹੁਨੇ ਹੁਨੇ ਦਸਹਿਰਾ ਨਿਕਲ ਕੇ ਗਿਆ ਲੋਕਾਂ ਨੇ ਖੁਸ਼ੀ ਮਨਾਈ ਲੋਕਾਂ ਨੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਪ੍ਰਗਟ ਕਰਵਾ ਦਿੱਤੀ ਲੋਕ ਆ ਜਿਹੜੇ ਬੜੇ ਚਾਰ ਦੇ ਵਿੱਚ ਸੀ ਲੋਕਾਂ ਨੇ ਪੁਤਲੇ ਤਿੰਨ ਤਿੰਨ ਫੂਕੇ ਰਾਵਣ ਮੇਘਨਾਥ ਤੇ ਕੁੰਭਕਰਨ ਕਈ ਥਾਂ ਤੇ ਕੱਲਾ ਰਾਵਣ ਜਿਹਦੇ ਦੋ ਸਾਥੀ ਮਹਿੰਗਾਈ ਦੀ ਢੇਟ ਚੜ ਗਏ ਕਿਸੇ ਥਾਂ ਤੇ ਕਿਵੇਂ ਕਿਥੇ ਥਾਂ ਤੇ ਕਿਵੇਂ ਸਭ ਦੇ ਆਪਣੋ ਆਪਣੇ ਰੀਤੀ ਰਿਵਾਜ ਆ ਚਲੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਜੇ ਪੁਤਲੇ ਫੂਕੇ ਤੋਂ ਬਦੀ ਮੁਕਦੀ ਹੋਵੇ ਤਾਂ ਸਦੀਆਂ ਪਹਿਲਾਂ ਮੁੱਕ ਜਾਣੀ ਸੀ ਤੇ ਇਸ ਕਰਕੇ ਬੇਨਤੀ ਹੈ ਵੀ ਜਿਹੜੀ ਆਪਣੇ ਅੰਦਰ ਬਦੀ ਆ ਨਾ ਉਹਨੂੰ ਮੁਕਾਈਏ ਇਹ ਮੇਰੇ ਤੇ ਵੀ ਗੱਲ ਲੱਗੂ ਹੁੰਦੀ ਹੈ ਸਭ ਤੇ ਗੱਲ ਲੱਗੂ ਹੁੰਦੀ ਹੈ ਵੀ ਆਜੋ ਆਪਾਂ ਬਦੀਆਂ ਦਾ ਖਾਤਮਾ ਕਰ ਗਏ ਇਹ ਇਕੱਲਾ ਤਿਉਹਾਰ ਨਾ ਰਹਿ ਜੇ ਹਮ ਪਰ ਇਧਰ ਮੈਂ ਯੂਪੀ ਦੇ ਹਮੀਰਪੁਰ ਖੇਤਰ ਤੋਂ ਇੱਕ ਨਵੀਂ ਖਬਰ ਪੜ ਲਈ ਬਟਨਾ ਸਾਹਿਬ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਪੁੱਛਣਾ ਚਾਹੁੰਨੀ ਆ ਵੀ ਤੁਸੀਂ ਦੁਸ਼ਹਿਰਾ ਵੇਖਣ ਕਦੀ ਗਏ ਹੋ ਦੇਖੋ ਮੈਂ 2-3 ਵਾਰ ਦੇਖਿਆ ਮੈਂ ਇਹਦੀ ਕਰਮ ਨਹੀਂ ਦੇਖਿਆ ਕੋਈ ਯਾਦ ਯਾਦ ਇਹ ਵੀ ਬਣਤਾ ਇਹਨਾਂ ਨੂੰ ਪਤਾ ਵੀ ਭਾਈ ਬੜੀ ਭੀੜ ਸੀ ਹੂੰ ਬੜੇ ਲੋਕ ਸੀ ਪੂਰਾ ਹੋ ਹੱਲਾ ਚੱਲਦਾ ਸੀ ਤੇ ਜਦੋਂ ਉੱਥੇ ਪੁਤਲਿਆਂ ਨੂੰ ਅੱਗ ਲੱਗ ਗਈ ਹੂੰ ਤੇ ਉਸ ਤੋਂ ਬਾਅਦ ਅਤਮੱਛੇ ਜੇ ਪੁਤਲਿਆਂ ਦੇ ਵਿੱਚੋਂ ਲੋਕ ਡੰਡੇ ਖਿੱਚ-ਖਿੱਚ ਕੇ ਸੋਟੀਆਂ ਖਿੱਚ-ਖਿੱਚ ਕੇ ਘਰ ਨੂੰ ਲੈਣ ਵਾਸਤੇ ਭੱਜੇ ਤੇ ਭਗੜੜ ਪੂਰੀ ਮੱਚੀ ਜੀ ਇਸ ਕਰਕੇ ਬਾਅਦ ਦੇ ਵਿੱਚ ਮੈਂ ਉੱਥੇ ਜਾਣਾ ਬੰਦ ਕਰਤਾ ਵੀ ਯਾਰ ਉੱਥੇ ਕਿਸੇ ਦੇ ਪੈਰਾਂ ਥੱਲੇ ਆ ਗਏ ਹੂੰ ਲੋਕ ਤਾਂ ਭਾਈ ਸੋਟੀ ਖਿੱਚਣ ਲਈ ਵੀ ਇੱਕ ਦੂਜੇ ਉੱਤੇ ਚੜ੍ਹ ਜਾਂਦੇ ਆ ਬਹੁਤ ਕੋਸ਼ਿਸ਼ ਕਰਦੇ ਨੇ ਪਰ ਮੇਰੇ ਲਈ ਦਸਹਿਰਾ ਦਾ ਮਤਲਬ ਹੁੰਦਾ ਸੀ ਟਾਣਾ ਸਭ ਗਨੇਰੀਆਂ ਤੇ ਉਹ ਨਿੱਕੇ ਨਿੱਕੇ ਬੇਰ ਉਹ ਫਾਲਸੇ ਜੀ ਫਾਲਸੇ ਨਹੀਂ ਫਾਲਸਾ ਅੱਡ ਹੁੰਦਾ ਪਰ ਉਹ ਜਿਹਨੂੰ ਆਪਾਂ ਕੀ ਮਲੇ ਦੇ ਬੇਰ ਅੱਛਾ ਉਹ ਨਿੱਕੇ ਨਿੱਕੇ ਬੇਰ ਹੁੰਦੇ ਨਾ ਜਿਹੜਾ ਝਾੜੀਆਂ ਚਲਾਦੇ ਉਹ ਉਹ ਵਾਲੇ ਬੇਰ ਅੱਛਾ ਸਿਰਫ ਗਨੇਰੀਆਂ ਤੇ ਬੇਰ ਖਾਣ ਜਾਂਦੀ ਸੀ ਅੱਛਾ ਹਾਂ ਮੇਰੇ ਲਈ ਆਹੀ ਦਸਹਿਰਾ ਸੀ ਇਹ ਮਲੇ ਦੇ ਵੀ ਬੇਰ ਹੁੰਦੇ ਆ ਟੇਣਾ ਸਾਹਿਬ ਮੈਨੂੰ ਥੋੜਾ ਦਾ ਵੀ ਉਹਨੂੰ ਮਲੇ ਦੇ ਬੇਰ ਹੀ ਕਹਿੰਦੇ ਆ ਪਰ ਚਲੋ ਜੇ ਮੈਂ ਗਲਤ ਵੀ ਹੋਵਾਂ ਤਾਂ ਪਰਵਾਰਕ ਜੀ ਸਹੀ ਕਰ ਦੇਣਗੇ ਦਰੁਸਤ ਕਰ ਦੇਣਗੇ ਪਰ ਉਹ ਨਿੱਕੇ ਨਿੱਕੇ ਬੇਰ ਹੁੰਦੇ ਉਹ ਫਾਲਸੇ ਨਹੀਂ ਹੁੰਦੇ ਫਾਲਸੇ ਅੱਡ ਹੁੰਦੇ ਆ ਉਹ ਤੇ ਗਨੇਰੀਆਂ ਇਹੀ ਇਹੀ ਮਤਲਬ ਦਸਹਿਰਾ ਸੀ ਮੇਰੇ ਲਈ ਤਾਂ ਵਾ ਵਾ ਤੁਸੀਂ 2-4 ਗੰਨਿਆਂ ਦੀਆਂ ਗਨੇਰੀਆਂ ਬਣਾ ਲਿਆ ਕਰੋ ਨਹੀਂ ਪਰ ਉਹ ਦਸਹਿਰੇ ਤੇ ਖਾਣ ਦੇ ਛੁੱਪਣ ਦਾ ਮਜ਼ਾ ਆਉਂਦਾ ਹੈ ਸਹੀ ਬੜੇ ਦਿਨ ਛੁੱਪ ਲਿਆ ਕਰੋ ਬਨੇਰ ਜੀ ਸਹੀ ਗੱਲ ਆ ਪਰ ਮੇਰੇ ਗੱਲ ਕਹਿਣ ਦੇ ਪਿੱਛੇ ਮਕਸਦ ਇਹ ਸੀ ਟੇਣਾ ਸਾਹਿਬ ਵੀ ਅੱਜ ਦੇ ਸਮੇਂ ਦੇ ਵਿੱਚ ਨਾ ਇਹ ਜਿਹੜਾ ਮੁਹੰਦਰਾ ਜਿਹਾ ਕਹਿ ਲ صافی تبديل ਹੋਗੀ ਹੁਣ ਤਾਂ ਬਸ ਆ ਸਨੈਪਚੈਟਾਂ ਪਾਉਣ ਦੇ ਲਈ ਜਾਂ ਹਨ ਵੈਸੇ ਕਹਿ ਲੋ ਵੀ ਭੀੜ ਦੇ ਵਿੱਚ ਆਉਣ ਜਾਣ ਦੇ ਲਈ ਇਹ ਸਾਰਾ ਕੁਝ ਹੁੰਦਾ ਪਰ ਪਹਿਲਾਂ ਚਾਈ ਚਾਈ ਲੋਕ ਜਾਂਦੇ ਹੁੰਦੇ ਸੀ ਮੇਲੇ ਵਿੱਚ ਪਰ ਭਾਈ ਜਿਹੜੀ ਮੈਂ ਗੱਲ ਕਰਦਾ ਸੀਗਾ ਯੂਪੀ ਦੇ ਵਿੱਚ ਹਮੀਰਪੁਰ ਖੇਤਰ ਦੀ ਜੀ ਇੱਥੇ ਇੱਕ ਔਰਤ ਨੇ ਆਪਦੇ ਘਰ ਵਾਲੇ ਆਪਦੀ ਸੱਸ ਤੇ ਆਪਦੀ ਨਨਾਨ ਦਾ ਪਤੂਲਾ ਬਣਾ ਕੇ ਫੂਕਿਆ ਕਿਉਂ ਉਹ ਕਹਿੰਦੀ ਜੀ 14 ਸਾਲ ਹੋ ਗਏ ਮੇਰੇ ਵਿਆਹ ਨੂੰ ਜਿਹੜਾ ਮੇਰਾ ਘਰ ਵਾਲਾ ਉਹ ਆਪਦੀ ਭੈਣ ਦੀ ਸਹੇਲੀ ਨਾਲ ਮੁਹੱਬਤੀ ਪ੍ਰਕਿਰਿਆ ਦੇ ਵਿੱਚ ਸੀ ਅੱਛਾ ਉਹ ਉਹਦੇ ਨਾਲ ਰਹਿਣ ਲੱਗ ਪਿਆ ਤੇ ਮੈਨੂੰ ਕੜਤਾ ਉਹਨੇ ਘਰੋਂ ਉਹ ਕਹਿੰਦੀ ਇਸ ਕਰਕੇ ਭਾਈ ਮੈਂ ਤਾਂ ਅੱਜ ਦੇ ਰਾਵਣ ਫੂਕੂੰ ਹੈ ਹਾਂ ਜਿਹੜੀ ਥਾਂ ਤੇ ਉਹਦਾ ਘਰ ਆ ਸੌਰਿਆ ਦਾ ਘਰ ਉਹਦੇ ਮੂਹਰੇ ਇੱਕ ਖੇਤ ਆ ਹੂੰ ਉਹਨੇ ਖੇਤ ਦੇ ਵਿੱਚ ਤਿੰਨ ਪੁਤਲੇ ਬਣਾਏ ਉੱਤੇ ਲਾਈਆਂ ਫੋਟੋਆਂ ਤਿੰਨਾਂ ਦੀਆਂ ਹੂੰ ਕਹਿੰਦੀ ਤੂ ਤੋ ਕਰਕੇ ਸੜਨਗੇ ਹੁਣ ਇਹ ਕਿਹੜਾ ਤਰੀਕਾ ਹੋਇਆ ਉਹ ਕਹਿੰਦੀ ਮੈਂ ਇਨਸਾਫ ਲੈਣੀ ਹੁੰਦੀ ਆ ਇਹ ਕਿਹੜਾ ਇਨਸਾਫ ਹੋਇਆ ਇਨਸਾਫ ਲੈਣ ਦੇ ਹੋਰ ਬਹੁਤ ਸਾਰੇ ਤਰੀਕੇ ਨੇ ਉਹ ਕਹਿੰਦੀ ਦੇਖੋ ਵੀ ਮੈਂ ਮਿੱਟੀ ਪਟੋ ਤੇ ਮਿੱਟੀ ਪਟਕੇ ਕੀ ਹਾਸਲ ਹੋਜੂ ਮੈਨੂੰ ਨਹੀਂ ਪਤਾ ਕੀ ਹੋਜੂਗਾ ਗੱਲ ਉਹਦੀ ਐ ਇਹ ਉਹ ਜਾਣੇ ਮੈਂ ਸੋਚਦੀ ਗੱਲ ਕਰਦੀ ਆ ਜਨਾਬ ਸਭ ਇਹ ਕੱਲੀ ਇਹਦੀ ਸੋਚ ਨਹੀਂ ਬਹੁਤ ਸਾਰੇ ਲੋਕਾਂ ਨੂੰ ਐ ਲੱਗਦਾ ਹੁੰਦਾ ਮਿੱਟੀ ਪਟਣ ਦੇ ਨਾਲ ਜਾਂ ਇਦਾਂ ਰੌਲਾ ਪਾਉਣ ਨਾਲ ਤੇ ਮਸਲਾ ਹੱਲ ਹੋਜੂ ਮਸਲਾ ਕਦੇ ਵੀ ਇਨਾ ਤਰੀਕਿਆਂ ਨਾਲ ਹੱਲ ਨਹੀਂ ਹੁੰਦਾ ਮਸਲਾ ਇੱਕ ਟੇਬਲ ਦੇ ਉੱਪਰ ਤੁਸੀਂ ਜਦੋਂ ਚਰਚਾ ਕਰਦੇ ਹੋ ਨਾ ਇੱਕ ਕਹਿ ਲਓ ਵੀ ਇੱਕ ਥਾਂ ਤੇ ਇਕੱਠੇ ਹੋ ਕੇ ਤੁਸੀਂ ਗੱਲਬਾਤ ਦੇ ਰਾਹੀਂ ਹੀ ਮਸਲਾ ਹੱਲ ਕਰ ਸਕਦੇ ਹੋ ਇਦਾਂ ਅੱਜ ਉਹਨੇ ਪੁਤਲਾ ਫੂਕਿਆ ਕੱਲ ਨੂੰ ਉਹਦਾ ਘਰ ਵਾਲਾ ਦੀਵਾਲੀ ਮੌਕੇ ਜਾ ਕੇ ਉੱਥੇ ਪੁਤਲਾ ਫੂਕਾਊਗਾ ਉਹਦੇ ਘਰ ਦੇ ਮੋਰੇ ਤੇ ਇਦ ਨਾਲ ਕੀ ਕੀ ਗੱਲ ਇਹ ਆ ਵੀ ਜੇ ਤੂੰ ਪুতਲਾ ਫੂਕਿਆ ਗੱਲ ਥੋੜੀ ਸਹੀ ਆ ਤੁਹਾਡੇ ਘਰ ਦੇ ਮੁਰੇ ਆ ਕੇ ਹਾਤਸ਼ਬਾਦੀਆਂ ਚਲਾਉਣ ਲੱਗ ਜੇ ਉਹਦੇ ਨਾਲ ਕੀ ਹੋ ਜਾਊਗਾ ਕਹਿੰਦੇ ਮੈਂ ਤਾਂ ਗੰਡਾ ਪਟਾਕਾ ਬਾਰੂ ਇੱਧਰ ਮੈਂ ਅਨਾਰ ਚਲਾਉਂ ਚੱਕਰੀ ਚਲਾਉਂ ਨਾਲੀ ਗਲੀ ਚ ਹਾਂ ਮੈਂ ਆਲੂ ਬੰਮ ਸਿੱਟੂ ਇੱਥੇ ਉਹਦੇ ਨਾਲ ਕੀ ਹੋ ਜਾਊਗਾ ਮਤਲਬ ਇਹ ਵੀ ਭਾਈ ਤਿਉ ਹਰੀ ਤਿਉ ਹਰੀ ਨਾ ਹੋਵੋ ਵੀ ਭਾਈ ਇੱਕ ਤਿਉ ਹਰ ਤੁਸੀਂ ਰੱਖ ਲਿਆ ਕੋਲੇ ਰੱਖ ਲਿਆ ਜੇ ਮਸਲਾ ਨਿਜਠਿਆ ਜਾਂਦਾ ਤਾਂ ਨਿਜਠ ਲੋ ਨਹੀਂ ਤਾਂ ਕਾਹਤੋਂ ਪুতਲਿਆਂ ਦੇ ਪੈਸੇ ਲਾਈ ਜਾਂਦੇ ਸਹੀ ਗੱਲ ਇਹ ਆ ਵੀ ਜੇ ਕੋਈ ਸਬੂਤ ਹੈਗਾ ਵੀ ਉਹ ਕਿਹਦੇ ਨਾਲ ਰਹਿੰਦਾ ਕਿਹਦੇ ਨਾਲ ਰਹਿੰਦੀ ਆ ਕੀ ਕਰਦੇ ਕੀ ਨਹੀਂ ਕਰਦੇ ਉਸ ਤਰੀਕੇ ਨਾਲ ਕੋਈ ਕਾਨੂੰਨੀ ਕਾਰਵਾਈ ਕਰ ਲੋ ਬਿਲਕੁਲ ਸਹੀ ਪਰ ਲੋਕ ਵੀ ਕਮਾਲ ਹੀ ਕਰੀ ਜਾਂਦੇ ਆ ਤਿਉਹਾਰਾਂ ਦੀ ਆਪਣੀ ਮੰਨਤਾ ਹੈ ਹਰ ਇੱਕ ਤਿਉਹਾਰ ਦੇ ਪਿੱਛੇ ਕੋਈ ਆਪਣੇ ਕਹਿ ਲਓ ਵੀ ਬੰਦੇ ਦੇ ਭਾਵ ਜੁੜੇ ਹੁੰਦੇ ਨੇ ਹਨਾ ਇਮੋਸ਼ਨਸ ਜੁੜੇ ਹੁੰਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਵੀ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਠੀਕ ਆ ਹੋਰ ਬਹੁਤ ਸਾਰੇ ਤਰੀਕੇ ਨੇ ਆਪਣੇ ਰੋਜ਼ ਜ਼ਾਹਰ ਕਰਨ ਦੇ ਪਰ ਐਦਾਂ ਪੁੱਤਲੇ ਫੂਕ ਫੂਕ ਕੇ ਕੀ ਹਾਸਲ ਕਰ ਲਓਗੇ ਕੁਝ ਵੀ ਨਹੀਂ ਬਿਲਕੁਲ ਸੱਚ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਡਾਡਾ ਸਾਹਿਬ ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਆ ਰਿਹਾ ਬਾਈ ਹੁਣ ਤਾਂ ਦਿਨ ਵੀ 18 ਹੀ ਰਹਿ ਗਏ ਜੀ ਤੇ ਕੀ ਲੈ ਰਹੇ ਹੋ ਫਿਰ ਦਿਵਾਲੀ ਮੌਕੇ ਕੱਪੜੇ ਲੈਣੇ ਲੀੜੇ ਤਕੀ ਅੱਛਾ ਇਕੱਠੇ ਹੀ 2-3 ਪੈਂਟਾਂ ਤੇ 3-4 ਸ਼ਰਟਾਂ ਇਕੱਠੇ ਲੈ ਲੈਣੇ ਇਕੱਠੇ ਲੈ ਲੈਣੇ ਕੀ ਬਾਤ ਹੈ ਕਮਾਲ ਕਰੋਗੇ ਹਾਂ ਮੈਂ ਸੋਚਣਾ ਵੀ ਹੁਣ ਨਾ ਲੀੜੇ ਲੈਣ ਦਾ ਵੇਲਾ ਆ ਗਿਆ ਹੂੰ ਤੇ ਇਹ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਸੀ ਤੁਸੀਂ ਮੈਨੂੰ ਪੁੱਛਿਆ ਵੀ ਭਾਈ ਕੀ ਕੀ ਲੈ ਕੇ ਆਓਗੇ ਤਾਂ ਮੈਂ ਦੱਸਤਾ ਨਹੀਂ ਚਲੋ ਠੀਕ ਹੈ ਤੇ ਹੋਰ ਕੀ ਲਾਉਂਗੇ ਬੂਟ ਵੀ ਲਾਉਂ

ਤੇ ਉੱਥੇ ਪੌਣੀ ਦੁਕਾਨ ਆ ਜਿਹੜੀਆਂ ਬੀਬੀਆਂ ਕਈ ਵਾਰੀ ਮੇਰੀ ਮਾਤਾ ਤੋਂ ਤੇ ਚਲੋ ਜੋ ਵੀ ਚੀਜ਼ ਮਿਲ ਗਈ ਉਹਨਾਂ ਨੇ ਪਾ ਲੈਣੀ ਹੈ ਹਮ ਪਰ ਬਹੁਤੀ ਵਾਰ ਕੀ ਹੁੰਦਾ ਵੀ ਸਾਡੇ ਸੱਜਣ ਸਹੇਲੜੇ ਕਹਿੰਦੇ ਆ ਵੀ ਭਾਈ ਅਸੀਂ ਗਏ ਸੀ ਟੱਬਰ ਨਾਲ ਸੂਟ ਲੈਣ ਦੇ ਲਈ ਪੌਣੀ ਦੁਕਾਨ ਉਹਨਾਂ ਦੇ ਟਾਤੀ ਵੀ ਆ ਵੀ ਥਾਨ ਖਿੱਚ ਲਾ ਆ ਵੀ ਸੂਟ ਦਿਖਾ ਦੇ ਮੂਰੇ ਢੇਰ ਲਾ ਲੈ ਉਹਦੇ ਵਿੱਚੋਂ ਕਹਿੰਦਾ ਬੂਟੀ ਨਹੀਂ ਪਸੰਦਾ ਜੀ ਮੈਨੂੰ ਰੰਗ ਜੇ ਤਾਂ ਗੂੜਾ ਕਹਿਣਗੇ ਥੋੜਾ ਜਿਹਾ ਫਿੱਕਾ ਚਾਹੀਦਾ ਸੀ ਜੇ ਫਿੱਕਾ ਹੋਵੇ ਥੋੜਾ ਜਿਹਾ ਗੂੜਾ ਚਾਹੀਦਾ ਸੀ ਗੱਲ ਨਹੀਂ ਬਣੀ ਤੇ ਟਾਣਾ ਸਾਹਿਬ ਇਥੋਂ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਹਰ ਇੱਕ ਬੰਦਾ ਆਪਣੇ ਆਪ ਨੂੰ ਖਾਸ ਸਮਝੇ ਮਤਲਬ ਹਰ ਇੱਕ ਇਨਸਾਨ ਹਰ ਇੱਕ ਜਿਹੜਾ ਬੰਦਾ ਹੈ ਜਿਹੜਾ ਮੇਲ ਆ ਜਿਹੜਾ ਵਿਆਹਿਆ ਹੋਇਆ ਹੈ ਉਹ ਆਪਣੇ ਆਪ ਨੂੰ ਖਾਸ ਸਮਝੇ ਕਿਉਂਕਿ ਜਿਹੜੀ ਔਰਤ ਨੂੰ ਸੂਟ ਨਹੀਂ ਇੰਨੀ ਛੇਤੀ ਪਸੰਦ ਆਉਂਦਾ ਉਹਨੇ ਤੁਹਾਨੂੰ ਪਸੰਦ ਕੀਤਾ ਇਹਦਾ ਮਤਲਬ ਤੁਸੀਂ ਖਾਸ ਹੋ ਜਿਹੜਾ ਮੈਂ ਥਾਂ ਚੋਂ ਨਿਕਲੇ ਆ ਉਹ ਨਹੀਂ ਇਹਦਾ ਮਤਲਬ ਖਾਸ ਹੋ ਤੁਸੀਂ ਜੇ ਸੂਟ 'ਚ ਇੰਨੇ ਨੁਕਸ ਕੱਢ ਦਿੱਤੇ ਬੂਟੀ 'ਚ ਇੰਨੇ ਨੁਕਸ ਕੱਢਤੇ ਤਾਂ ਤੁਹਾਨੂੰ ਵੇਖੋ ਕਿਵੇਂ ਪਸੰਦ ਕੀਤਾ ਹੋ ਤਾਂ ਦੰਦਲਾ ਤਾਂ ਬੰਦੇ ਨੂੰ ਪਈਆਂ ਬੰਦੇ ਨੇ ਅੱਧੇ ਦਿਨ ਦੀ ਛੁੱਟੀ ਲਈ ਸੂਟ ਫੇਰ ਨਹੀਂ ਪਸੰਦ ਆਇਆ ਹਾਂ ਜੇ ਆਇਆ ਤਾਂ ਕਰਿਆ ਕਿ ਫਿਰ ਕਹਿੰਦਾ ਇਹਨੂੰ ਇੱਕ ਵਾਰੀ ਆਪ ਚੇਂਜ ਕਰਾ ਕੇ ਹੁਣ ਸਾਰੇ ਇਹੋ ਜੇ ਨਹੀਂ ਹੁੰਦੇ ਬਹੁਤੀ ਵਾਰ ਹਾਂ ਇਹ ਨਾਲ ਕਹੋ ਫਿਰ ਤੁਸੀਂ ਬੰਦੇ ਦੇ ਨਾਲ ਮੁਕਾਬਲਾ ਵੀ ਕਰੋ ਨਾ ਹੂੰ ਬੰਦੇ ਵਾਂਗੂ ਇੱਕੋ ਪੈਂਟ ਕੋਟ ਦੇ ਵਿੱਚ ਇੱਕੋ ਪੈਂਟ ਸ਼ਰਟ ਦੇ ਵਿੱਚ 10 ਵਿਆਹ ਵੇਖੋ ਅੱਛਾ ਉਹਦੇ ਨਾਲ ਕੀ ਹੋਜੂ ਦੀਪਿਕਾ ਤਾਂ ਤੀਜੇ ਵਿਆਹ ਤੋਂ ਤੱਕਣੀ ਸੂਟ ਹੋਰ ਚਾਹੀਦਾ ਬੰਦੇ ਨੇ ਕੀ ਐਸਾ ਹਾਸਲ ਕਰ ਲਿਆ ਇੱਕ ਸੂਟ 'ਚ ਵਿਆਹ ਵੇਖ ਕੇ ਜਿਹੜਾ ਬੀਬੀ ਤੋਂ ਨਹੀਂ ਹਾਸਲ ਹੋ ਰਿਹਾ ਖਰਦਾ ਖਰਚਾ ਬਚਦਾ ਅੱਛਾ ਹੋਰ ਬਸ ਤੇ ਜਿਹੜੇ ਬੰਦੇ ਆ ਪੈਂਟ ਕੋਟ ਕੁਝ ਕ ਸਾਰੇ ਨਹੀਂ ਪੈਂਟ ਕੋਟ ਦੇ ਨਾਲ ਚਾਹੇ ਇੱਕ ਦਿਨ ਨਾਲ ਸੱਤ ਵਿਆਹ ਵੇਖ ਲੈਣ ਤੇ ਬਾਕੀ ਦੇ ਪੈਸੇ दारू ਤੇ ੜਾ ਦਿੰਦੇ ਉਹ ਉਹ ਵੀ ਮਾੜੀ ਗੱਲ ਆ ਸੂਟਾਂ ਤੇ ਫਰਜ਼ੂਲ ਖਰਚੀ ਕਰਨੀ ਵੀ ਮਾੜੀ ਗੱਲ ਆ ਸਹੀ ਬਿਲਕੁਲ ਸਹੀ ਅਬ ਮੇਕਅਪ ਤੇ ਵੀ ਮਾੜੀ ਗੱਲ ਆ ਹਾਂ ਸਾਦਾ ਸਭ ਕੁਝ ਸਾਦਾ ਚਾਹੀਦਾ ਹੂੰ ਤੇ ਇਹ ਗੱਲ ਹਰ ਕਿਸੇ ਤੇ ਲਾਗੂ ਹੁੰਦੀ ਹੈ ਹਰ ਕਿਸੇ ਤੇ ਲਾਗੂ ਹੁੰਦੀ ਆ ਸੂਟਾਂ ਤੇ ਬਿਲਕੁਲ ਹੁੰਦੀ ਆ ਤੁਸੀਂ ਬਹੁਤਾ ਕਰੋੜ ਕਰੋੜ ਕੇ ਨਾ ਕਹੋ ਸੂਟ ਹਾਂ ਹਾਂ ਮੈਂ ਸੁਣਿਆ ਇਸ ਦੀਵਾਲੀ ਮੌਕੇ ਤੁਸੀਂ ਸਾਰੇ ਦਫ਼ਤਰ ਨੂੰ ਕੱਪੜੇ ਲੈ ਕੇ ਦੇ ਰਹੇ ਹੋ ਅੱਛਾ ਹੂੰ ਵਾਹ ਤੁਸੀਂ ਐ ਨਹੀਂ ਸੁਣਿਆ ਵੀ ਸਾਰਾ ਦਫ਼ਤਰ ਮੈਨੂੰ ਲੈ ਕੇ ਦੇ ਰਿਹਾ ਨਹੀਂ ਇਹ ਕੰਨ ਚ ਵਾਜ ਨਹੀਂ ਬਈ ਪੁੱਛ ਕਰੋ ਇਹ ਵੀ ਸੁਣਨ ਦੀ ਕੀ ਪਤਾ ਤੁਹਾਡੇ ਕੰਨ ਵਲੇ ਆ ਜੀ ਚਲੋ ਖੈਰ ਦੀਵਾਲੀ ਦਾ ਤਿਉਹਾਰ ਆ

ਕੋ ਮੈਂ ਆਪਦੇ ਹਿੱਸੇ ਰਖਾ ਲਿਆ ਹਾਂ ਏਦਾਂ ਵੀ ਨਹੀਂ ਵੀ ਕਿਲੋ ਦਾ ਡੱਬੇ ਜਾਂਦਾ ਕਿਲੋ ਮਠਿਆਈ ਹੋਈ ਨਿਕਲੇ ਹਾਂ ਚਲੋ ਚੱਲੀਏ ਸਾਢੇ 10 ਦਾ ਹੋ ਗਿਆ ਜੀ ਵੇੜਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਆ ਦੋਵਾਂ ਨੂੰ ਇਜਾਜ਼ਤ ਫੇਰ ਮਿਲਾਂਗੇ ਸੱਤਰੀਆ ਕੱਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਝਦਾ ਵੀ ਚਾਹ